ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਹਰ ਰੋਜ਼ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਉਬਾਲ, ਨਵਾਂ ਤੂਫਾਨ ਅਤੇ ਕੋਈ ਵੱਡੀ ਪਹਿਲਕਦਮੀ। ਸਨੀ ਦਿਓਲ ਮੁੰਬਈ ਤੋਂ ਦਿੱਲੀ ਮੋਦੀ ਸਾਹਿਬ ਨਾਲ ਮੁਲਾਕਾਤ ਕੀਤੀ, ਟਵੀਟ ਕਰਾਇਆ, ਅੰਮ੍ਰਿਤਸਰ ਸਾਹਿਬ ਪੁੱਜੇ, ਸਵੇਰੇ ਸਵੇਰੇ ਦਰਬਾਰ ਸਾਹਿਬ ਮੱਥਾ ਟੇਕਿਆ, ਕਈ ਥਾਈਂ ਗਏ, ਦੁਰਗਿਆਨਾ ਮੰਦਰ ਗਏ ਔਰ ਗੁਰਦਾਸਪੁਰ ਨਾਮਜ਼ਦਗੀ ਕਾਗਜ਼ ਭਰ ਦਿੱਤੇ। ਬਠਿੰਡੇ ਚੱਲਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਕਈ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ। ਅਕਾਲੀ ਦਲ ਕਹਿ ਰਿਹਾ ਵਿਰੋਧੀਆਂ ਦੀ ਸਾਜਿਸ਼ ਹੈ, ਵਿਰੋਧੀ ਜਾਣ ਬੁੱਝ ਕੇ ਕਾਲੀਆਂ ਝੰਡੀਆਂ ਦਿਖਵਾ ਰਹੇ। ਉੱਧਰ ਵੱਖ ਵੱਖ ਸੰਗਠਨਾਂ ਨੇ ਐਲਾਨ ਕੀਤਾ, ਸਿੱਖ ਸੰਗਠਨਾਂ ਨੇ, ਕਿ ਉਹ 12 ਮਈ ਨੂੰ ਖਾਲਸਾਈ ਮਾਰਚ ਕੱਢਣਗੇ ਬੇਅਦਬੀਆਂ ਦੇ ਇਨਸਾਫ ਨਾ ਮਿਲਣ ਦੇ ਰੋਸ ਵਜੋਂ। ਗੋਲੀਕਾਂਡ ਹੋਇਆ ਸੀ, 2 ਨੌਜਵਾਨ ਸ਼ਹੀਦ ਹੋਏ ਸੀ। ਭਾਵੇਂ ਸਿੱਟ ਨੇ ਅਫਸਰ ਕੁੰਵਰ ਵਿਜੇ ਪ੍ਰਤਾਪ ਬਦਲਤਾ, ਪਰ ਜਿਹੜਾ ਖਾਲਸਾਈ ਮਾਰਚ ਦਾ ਐਲਾਨ ਹੈ ਇਸ ਨੇ ਸਿਆਸੀ ਪਾਰਟੀਆਂ 'ਚ ਭੜਥੂ ਪਾ ਦਿੱਤਾ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਲਗਾਤਾਰ ਇੱਕ ਦੂਜੇ ਨਾਲ ਵਿਚਾਰਾਂ ਕਰ ਰਹੀ ਹੈ ਕਿ ਸਥਿਤੀਆਂ ਨੂੰ ਕਿਵੇਂ ਨਿਬੜਿਆ ਜਾਵੇ, ਕਿ ਇਸ ਖਾਲਸਾਈ ਮਾਰਚ ਨੂੰ ਰੋਕਣ ਦੇ ਯਤਨ ਹੋਣਗੇ, ਬੇਨਤੀ ਕੀਤੀ ਜਾਊਗੀ ਕਿ ਚੋਣਾਂ ਦੇ ਦਿਨਾਂ 'ਚ ਖਾਲਸਾਈ ਮਾਰਚ ਨਾ ਕੱਢੋ, ਜਾਂ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਜਾਏਗੀ, ਜਾਂ ਖਾਲਸਾਈ ਮਾਰਚ ਹੋਏਗਾ। ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਇਹ ਸਾਰੇ ਇਲਾਕੇ ਜਿੱਥੇ ਬੇਅਦਬੀਆਂ ਜ਼ਿਆਦਾ ਹੋਈਆਂ, ਬਰਗਾੜੀ ਜਿੱਥੇ ਇਨਸਾਫ ਨਹੀਂ ਮਿਲਿਆ, ਇਸ ਪਾਸੇ ਕਹਿੰਦੇ ਖਾਲਸਾਈ ਮਾਰਚ ਕੱਢਿਆ ਜਾਣਾ। ਸੋ ਇਹ ਸਾਰੀਆਂ ਸਥਿਤੀਆਂ ਨੇ ਜਿਹੜੀਆਂ ਜ਼ਮੀਨ 'ਤੇ ਬਣ ਰਹੀਆਂ ਨੇ, ਔਰ ਇਹਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬਠਿੰਡਾ ਤੋਂ ਆਪਣੇ ਨਾਮਜ਼ਦਗੀ ਕਾਗਜ਼ ਭਰ ਦਿੱਤੇ ਹੈ। ਕਹਿੰਦੇ ਕਵਰਿੰਗ ਕੈਂਡੀਡੇਟ ਦੇ ਤੌਰ 'ਤੇ ਕਾਗਜ਼ ਭਰਨੇ ਨੇ। ਬੀਬੀ ਹਰਸਿਮਰਤ ਕੌਰ ਬਾਦਲ ਨੇ 26 ਨੂੰ ਕਾਗਜ਼ ਭਰੇ ਸੀ, ਵੱਡੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 29 ਨੂੰ ਕਾਗਜ਼ ਭਰੇ ਹੈ। ਕਈ ਲੋਕ ਦੁਚਿੱਤੀ 'ਚ ਪੈ ਗਏ ਕਿ ਬਾਦਲ ਸਾਹਿਬ ਕਾਰਨ ਕਾਗਜ਼ ਭਰਨ ਆ ਗਏ। ਇੱਕ ਗੱਲ ਸੁਣੋ, ਕਾਲੀਆਂ ਝੰਡੀਆਂ ਤਾਂ ਜਿਹਦੇ ਆਖੋ ਮੈਂ 10 ਬੰਦੇ ਖੜੇ ਕਰਕੇ ਕਰ ਦਿੰਦਾ ਜੀ, ਜਿਹਦੇ ਮਰਜ਼ੀ ਕਰਵਾ ਲਓ। ਇਹ ਤਾਂ ਮੋਦੀ ਜੀ ਸਾਡੇ ਨਾਲ ਹੈ, ਆਪਾਂ ਮੋਦੀ ਜੀ ਨੂੰ ਜਿਤਾਉਣਾ ਹੈ। ਇਹ ਜੇ ਤੁਸੀਂ ਮੈਨੂੰ ਜਿਤਾਓਗੇ, ਮੋਦੀ ਜੀ ਜਿੱਤਣਗੇ, ਤੁਸੀਂ ਸਾਰੇ ਜਿੱਤੋਗੇ। ਤੇ ਮੈਂ ਦਿਲੋਂ ਕਹਿੰਦਾ ਜੋ ਜੋ ਤੁਹਾਨੂੰ ਚਾਹੀਦਾ ਸਾਰਾ ਕੁਝ ਮੈਂ ਕਰਾਂਗਾ। ਅਸੀਂ ਦਫਾ ਤੁਸੀਂ ਸਾਰੇ ਮੇਰੇ ਨਾਲ ਜੁੜ ਜਾਓ, ਮੈਂ ਤੁਹਾਡਾ ਹੈ ਤੇ ਮੈਂ ਹੋਰ ਕਿੱਥੇ ਨਹੀਂ ਜਾਵਾਂਗਾ। ਲੋਕਾਂ ਦਾ ਪਿਆਰ ਹੈ, ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਗੁੱਸਾ ਹੈ ਲੋਕਾਂ ਦਾ, ਤੇ ਜਿਹੜੇ ਪਿਛਲੇ 2 ਸਾਲ ਕੈਪਟਨ ਗਾਇਬ ਰਹੇ ਹੈ ਉਹਨੂੰ ਪਤਾ ਲੱਗੂ ਪੰਜਾਬ ਦੀ ਜਨਤਾ ਜੋ ਰਿਜ਼ਲਟ ਦੇ ਉਹਨੂੰ ਬੋਝ ਤੋਂ ਆਪਣੀ ਜਮਾਨ ਬਚਾ ਲਾ। ਲੇਕਿਨ ਲੋਕਾਂ ਨੂੰ ਝੂਠੇ ਨਾਰੇ ਲਾਉਣ 'ਚ ਇੰਨੇ ਬਿਜ਼ੀ ਨੇ ਕਿ ਇਹਨਾਂ ਦੀ ਲੋਕਾਂ ਦੀ ਤਕਲੀਫਾਂ ਦੇਖਣ ਦਾ ਸਮਾਂ ਹੀ ਨਹੀਂ ਹੈਗਾ। ਈਵਨ ਆਮ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ, ਹੀ ਇਜ਼ ਏ ਕੁੰਵਰ ਵਿਜੇ ਪ੍ਰਤਾਪ ਸਿੰਘ, ਐਵਰੀ ਸਿੱਖ ਇਜ਼ ਏ ਕੁੰਵਰ ਵਿਜੇ ਪ੍ਰਤਾਪ ਸਿੰਘ। ਅਗਰ ਤੁਸੀਂ ਇਨਸਾਫ ਲੈਣਾ ਹੈ ਤਾਂ ਸਾਡਾ ਮੇਨ ਏਮ ਕਿ ਅਸੀਂ 3 ਤਰੀਕ ਤੋਂ ਬਾਅਦ ਅਸੀਂ ਕੰਪੇਨ ਕਰਨ ਵਾਸਤੇ ਜਾਵਾਂਗੇ, ਸਾਡੀ ਯੂਨਾਈਟਿਡ ਸਿੱਖ ਮੂਵਮੈਂਟ, ਅਸੀਂ ਖਾਲੜਾ ਦੀ ਕੰਪੇਨ 'ਤੇ ਵੀ ਜਾਵਾਂਗੇ ਔਰ ਅਸੀਂ ਸੁਖਬੀਰ ਬਾਦਲ ਦੇ ਖਿਲਾਫ਼ ਵੀ ਜਾਵਾਂਗੇ, ਅਸੀਂ ਹਰਸਿਮਰਤ ਬਾਦਲ ਦੇ ਖਿਲਾਫ਼ ਬਠਿੰਡੇ ਵੀ ਜਾਵਾਂਗੇ। ਔਰ SIT ਦੇ ਇੱਕ ਚੀਫ ਜਿਹੜੇ ਸੀ ਉਹ ਲਗਾਤਾਰ ਕਾਂਗਰਸ ਦੇ ਪ੍ਰੈਸ ਸਪੋਕਸ ਪਰਸਨ ਬਣ ਕੇ ਰੋਜ਼ TV ਤੇ ਜਾ ਬਾਈਟ ਦੇ ਰਹੇ ਸੀ, ਰੋਜ਼ ਅਕਾਲੀ ਦਲ ਦੇ ਖਿਲਾਫ਼। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਰੋਜ਼ TV ਚੈਨਲ 'ਤੇ ਬਹਿ ਜਾਵੇ ਔਰ ਰੋਜ਼ ਭੰਡੀ ਪ੍ਰਚਾਰ ਕਰੇ। ਮਕਸਦ ਕੀ ਸੀਗਾ ਕਿ ਇਹਦੇ ਨਾਮ ਉੱਤੇ ਜਿਹੜੇ ਪਿਛਲੇ ਡਿਵੈਲਪਮੈਂਟ ਦੇ ਕੰਮ ਸੀ, ਜਿਹੜੇ ਕਾਂਗਰਸ ਨੇ ਵਾਅਦੇ ਕੀਤੇ ਸੀ, ਸਭ ਤੋਂ ਮੁੱਕਰ ਗਈ ਔਰ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
ਇਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਕਰਨਾ ਸ਼ੁਰੂ ਕਰ ਦਿੱਤਾ। ਭਗਵੰਤ ਮਾਨ ਦੇ ਬੰਦੇ ਜਾਂ ਆਮ ਆਦਮੀ ਜਾਂ ਕਿਸੇ ਵੀ ਪਾਰਟੀ ਦੇ ਬੰਦੇ ਜੇ ਉਸ ਪਾਰਟੀ ਨੂੰ ਛੱਡ ਕੇ ਜਾਂਦੇ ਹੈ ਤਾਂ ਉਹਨਾਂ ਨੂੰ ਆਪਦੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਨਾ ਕਿ ਕਿਸੇ ਹੋਰ 'ਤੇ ਉਂਗਲ ਕਰਨੀ ਚਾਹੀਦੀ ਹੈ ਵੀ ਤੂੰ ਤੂੰ ਤੁਹਾਡੇ ਕੰਨੀ ਕਿਉਂ ਗਿਆ। ਕੋਈ ਨਾ ਕੋਈ ਵਜ੍ਹਾ ਹੋਣੀ ਹੈ ਜਿਹੜਾ ਕਿ ਉਹਨਾਂ ਨੂੰ ਛੱਡ ਕੇ ਜਾ ਰਹੇ ਹੈ, ਔਰ ਇਹਦਾ ਜਵਾਬ ਵੀ ਮੈਨੂੰ ਲੱਗਦਾ ਭਗਵੰਤ ਮਾਨ ਹੀ ਬਿਹਤਰ ਦੇ ਸਕਦੇ। ਜਿਹੜਾ ਮੰਤਰੀ ਹੈ ਉਹਦੀ ਕੁਰਸੀ ਜਾਂਦੀ ਰਹੂਗੀ, ਜਿਹੜਾ ਐੱਮ ਐੱਲ ਏ ਆ ਉਹਨੂੰ ਅੱਗੋਂ ਟਿਕਟ ਨਹੀਂ ਮਿਲਣੀ, ਅਤੇ ਜਿਹਨੇ ਚੇਅਰਮੈਨ ਬਣਨਾ ਉਹ ਤਾਂ ਬਣ ਸਕੂਗਾ ਜੇ ਆਪਣਾ ਹਲਕਾ ਜਿੱਤ ਕੇ ਆਇਆ। ਉਹਦਾ ਅਸਰ ਜਿਹੜਾ ਤਾਨਾਸ਼ਾਹੀ ਫਰਮਾਨ ਦਾ ਥੱਲੇ ਪ੍ਰਸ਼ਾਸਨ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਜਿਸ ਤਰ੍ਹਾਂ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਕਮੇਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਹੇਠਾਂ ਧੱਕੇਸ਼ਾਹੀ ਜਿਹੜੀ ਹੈ ਸਰਪੰਚਾਂ ਦੇ ਨਾਲ, ਪੰਚਾਂ ਦੇ ਨਾਲ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਮੈਂਬਰਾਂ ਦੇ ਨਾਲ, ਮੌਜੂਦਾ ਮੈਂਬਰਾਂ ਦੇ ਨਾਲ ਹੋਈ ਸੀ, ਉਸ ਤੋਂ ਵੀ ਵੱਧ ਧੱਕੇਸ਼ਾਹੀ ਕੁਝ ਜ਼ਿਲ੍ਹਿਆਂ ਦੇ ਵਿੱਚ ਹੁਣ ਹੋਣੀ ਸ਼ੁਰੂ ਹੋ ਗਈ। ਸੋ ਤੁਸੀਂ ਪੋਲੀਟੀਕਲ ਰਿਐਕਸ਼ਨ ਸੁਣੇ, ਔਰ ਹੁਣ ਸਟੂਡੀਓ ਦੇ ਵਿੱਚ ਲਗਭਗ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ। ਸਾਡੇ ਨਾਲ ਮੌਜੂਦ ਨੇ ਪੰਜਾਬ ਏਕਤਾ ਪਾਰਟੀ ਤੋਂ ਕੋਮਲ ਗਰਨੂਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਬੁਲਾਰੇ ਨੇ। ਔਰ ਸਾਡੇ ਨਾਲ ਮੌਜੂਦ ਨੇ ਭਾਜਪਾ ਦੇ ਆਗੂ ਨੇ ਨੌਰਥ ਈਸਟ ਸੈੱਲ ਦੇ ਭਾਰਤ ਭੂਸ਼ਣ ਕੌਸ਼ਿਕ ਸਾਹਿਬ, ਅਕਾਲੀ ਭਾਜਪਾ ਵੱਲੋਂ। ਔਰ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਪਰਮਵੀਰ ਸਿੰਘ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ। ਔਰ ਪ੍ਰਿਤਪਾਲ ਸਿੰਘ ਬਲੀਵਾਲ ਸਾਹਿਬ, ਕਾਂਗਰਸ ਦੇ ਆਗੂ ਨੇ, ਅੱਜ ਕੱਲ੍ਹ ਚੋਣ ਪ੍ਰਚਾਰ 'ਚ ਇਹ ਵੀ ਰੁੱਝੇ ਹੋਏ ਨੇ। ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲੀ ਟਿੱਪਣੀ ਮੈਂ ਕੌਸ਼ਿਕ ਸਾਹਿਬ ਤੁਹਾਡੇ ਤੋਂ ਲੈਣਾ ਚਾਹੂੰਗਾ। ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਹੜੀਆਂ ਇਹ ਕਾਲੀਆਂ ਝੰਡੀਆਂ ਦਾ ਵਿਖਾਵਾ ਹੋਇਆ, ਕਿਵੇਂ ਵੇਖਦੇ ਹੋ? ਅੱਜ ਅਕਾਲੀ ਦਲ ਦੇ ਨੁਮਾਇੰਦੇ ਬਹੁਤ ਸਾਰੇ ਕਹਿ ਰਹੇ ਨੇ ਕਿ ਵਿਰੋਧੀ ਸਾਜਿਸ਼ ਰਚ ਰਹੇ ਨੇ। ਬਾਦਲ ਸਾਹਿਬ ਨੇ ਕਿਹਾ, ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਇਹ ਵਿਰੋਧੀਆਂ ਦੀ ਸਾਜਿਸ਼ ਹੈ, ਜਾਣ ਬੁੱਝ ਕੇ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ। ਇਹ ਨਵੀਂ ਤਰ੍ਹਾਂ ਜੇ ਇਹ ਸਿਆਸਤ ਹੈ ਤਾਂ ਇਹ ਸਿਆਸਤ ਕਿਉਂ ਹੋ ਰਹੀ ਹੈ? ਇਹ ਡੱਲਾ ਜੀ ਪਿਓਰਲੀ ਬੁਖਲਾਹਟ ਹੈ। ਜਿਵੇਂ ਕਿ ਰਾਜਾ ਵੜਿੰਗ ਜੀ, ਉਹਨਾਂ ਨੇ ਇੱਕ 50,000 ਰੁਪਏ ਦੇ ਕੇ ਆਮ ਆਦਮੀ ਪਾਰਟੀ ਦੇ ਇੱਕ ਨੁਮਾਇੰਦੇ ਨੂੰ ਜਾਂ ਇੱਕ ਵਰਕਰ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਇਲਜ਼ਾਮ ਹੈ ਉਹਦੀ ਜਾਂਚ ਕਰਨੀ ਇਲੈਕਸ਼ਨ। ਚਲੋ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਦੇ ਦਿੱਤਾ, ਇਲਜ਼ਾਮ ਕਹਿ ਲਓ ਵੀ ਉਹ ਤਾਂ ਇਲਜ਼ਾਮ ਲੱਗ ਗਿਆ ਵੀ ਉਹਨਾਂ ਨੇ ਦਿੱਤਾ, ਉਹ ਤਾਂ ਦਿੱਤਾ ਜਾਂ ਨਹੀਂ ਦਿੱਤਾ, ਪਰ ਇੱਕ ਜਾਂਚ ਆ ਜਾਊਗਾ। ਚਲੋ ਉਹ ਗੱਲ ਆਈ ਨਹੀਂ ਪਰ ਪਿਓਰਲੀ ਜਿਹੜੀ ਹੈ ਵਿਰੋਧੀਆਂ ਦੀ, ਸਿਰਫ ਸਵਾਲ ਤੇ, ਸਿਰਫ ਸਵਾਲ ਤੇ, ਉਹ ਪੁਰਾਣੀਆਂ ਗੱਲਾਂ ਹੋ ਗਈਆਂ ਪਰ ਰੋਜ਼ ਡਿਸਕਸ ਕਰਦੇ ਆ। ਵਿਰੋਧੀਆਂ ਦੀ ਬਖਲਾਹਟ ਹੈ, ਪਿਛਲੇ ਦਿਨਾਂ ਚ ਲੰਘ ਗਿਆ ਸਰ ਬਖਲਾਹਟ। ਕਾਲੀਆਂ ਝੰਡੀਆਂ ਤੇ ਬਾਦਲ ਸਾਹਿਬ ਦੇ ਬਿਆਨ ਦਾ ਮਤਲਬ? ਬਾਦਲ ਸਾਹਿਬ ਦੇ ਬਿਆਨ ਦਾ ਮਤਲਬ ਅਸੀਂ ਇਹੀ ਮੰਨਦੇ ਹਾਂ ਵੀ ਉਹ ਬਿਲਕੁਲ ਇਸ ਚੀਜ਼ ਨੂੰ ਜੱਜ ਕਰਦੇ ਨੇ, ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਉਹ ਬੁਖਲਾ ਚੁੱਕੇ। ਉਹਨਾਂ ਨੂੰ ਲੱਗਦਾ ਵੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਪੂਰੀ ਤਰ੍ਹਾਂ ਲੱਖਾਂ ਦੇ ਮਾਰਜਨ ਨਾਲ ਜਿੱਤਣ ਜਾ ਰਹੇ ਨੇ, ਹੋਰ ਤਾਂ ਹੱਥ ਪੱਲੇ ਰਿਹਾ ਨਹੀਂ, ਝੰਡੀਆਂ ਹੀ ਦਿਖਾ ਲਓ ਜੀ। ਚਲੋ ਲੱਖਾਂ ਦੇ ਮਾਰਜਨ ਦੇ ਤੁਹਾਨੂੰ ਆਸ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ? ਬਿਲਕੁਲ ਜੀ ਬਿਲਕੁਲ। ਹਾਂਜੀ, ਤੁਸੀਂ ਟਿੱਪਣੀ ਕੀ ਦਿਓਗੇ? ਜਿਹੜਾ ਇਹ ਰੁਝਾਨ ਪੈਦਾ ਹੋਇਆ ਕਿ ਸੱਚਮੁੱਚ ਇਹਦੇ ਪਿੱਛੇ ਸਾਜਿਸ਼ ਹੈ ਜਾਂ ਉਹ ਆਮ ਲੋਕ ਨੇ ਪਿੰਡਾਂ ਵਾਲੇ ਜਿਹੜੇ ਵਿਕਾਸ ਤੋਂ ਦੁਖੀ ਨੇ ਜਾਂ ਇਨਸਾਫ ਜਿਹੜੇ ਮੰਗ ਕਰ ਰਹੇ ਨੇ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਵੱਖ ਵੱਖ ਮਾਮਲਿਆਂ 'ਚ? ਡੱਲਾ ਸਾਹਿਬ, ਅਸਲੀਅਤ 'ਚ ਇਹ ਕੋਈ ਬਖਲਾਹਟ ਨਹੀਂ, ਇਹ ਲੋਕ ਰਾਜ ਦੀ ਸਪਿਰਿਟ ਜਿਹੜੀ ਜੀਣ ਲੱਗੀ ਹੈ ਹੁਣ, ਇਹ ਉਹਦੀ ਨਿਸ਼ਾਨੀ ਹੈ। ਲੋਕਾਂ ਦਾ ਰਿਐਕਸ਼ਨ ਨਿਕਲ ਕੇ ਆ ਰਿਹਾ ਜਿਵੇਂ ਇਹਨਾਂ ਨੇ ਲੋਕਾਂ ਨੂੰ ਸਨੱਬ ਕਰਕੇ। ਵੈਸੇ ਸ਼ਾਂਤਮਈ ਪ੍ਰੋਟੈਸਟ ਹੈ, ਉਹ ਤਾਂ ਸਾਡਾ ਕਾਨੂੰਨ ਵੀ ਇਜਾਜ਼ਤ ਦਿੰਦਾ ਸ਼ਾਂਤਮਈ। ਡੱਲਾ ਸਾਹਿਬ, ਜਿਹਦੀ ਵੋਟ ਲੈ ਕੇ ਅਸੀਂ ਬਣੇ ਹਾਂ, ਗਵਰਨਮੈਂਟ ਫੋਰ ਦਾ ਪੀਪਲ, ਬਾਏ ਦਾ ਪੀਪਲ, ਆਫ ਦਾ ਪੀਪਲ। ਗਵਰਨਮੈਂਟ ਬਾਏ ਦਾ ਪੀਪਲ ਤਾਂ ਹੈਗੀ ਹੈ, ਬਣ ਜਾਂਦੀ ਹੈ। ਤੁਸੀਂ ਵਕੀਲ ਵੀ ਹੋ, ਤੁਸੀਂ ਵਕੀਲ ਵੀ ਹੋ, ਕੀ ਇਹਨਾਂ ਮੌਕਿਆਂ ਦੇ ਉੱਤੇ ਪ੍ਰੋਟੈਸਟ ਕਰਨ ਲਈ ਭਾਵੇਂ ਸ਼ਾਂਤਮਈ ਕਰਨਾ ਹੋਵੇ ਕਿ ਚੋਣ ਕਮਿਸ਼ਨ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ? ਡੱਲਾ ਸਾਹਿਬ, ਦੇਖੋ, ਪ੍ਰੋਟੈਸਟ ਕਰਨਾ ਹੋਵੇ ਜਿਹੜਾ ਲੋਕਾਂ ਦਾ ਰਿਐਕਸ਼ਨ ਆ, ਉਹ ਤਾਂ ਆਮ ਤੌਰ 'ਤੇ ਜਦੋਂ ਲੀਡਰ ਮੂਹਰੇ ਉਦੋਂ ਹੀ ਨਿਕਲੂ। ਪੋਲੀਟੀਕਲ ਪਾਰਟੀਜ਼ ਨੂੰ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ, ਕਿਉਂਕਿ ਚੋਣ ਕਮਿਸ਼ਨ ਦਾ ਇਸ ਟਾਈਮ ਸਾਰਾ ਟੋਟਲੀ ਜਿਹੜੀ ਮਸ਼ੀਨਰੀ ਉਹਨਾਂ ਦੇ ਹੱਥ 'ਚ ਹੈ। ਅਗਰ ਪੋਲੀਟੀਕਲ ਪਾਰਟੀਆਂ ਨੇ ਕੁਛ ਕਰਨਾ ਤਾਂ ਫਿਰ ਪਰਮਿਸ਼ਨ ਦੀ ਲੋੜ, ਪਰਮਿਸ਼ਨ ਲੈਣੀ ਪੈਂਦੀ ਹੈ।
ਪਰ ਜਿਹੜਾ ਬੀਬੀ ਹਰਸਿਮਰਤ ਜੀ ਨੂੰ ਸਾਹਮਣੇ ਉਹ ਕਿਸੇ ਇੱਕ ਆਮ ਬੰਦੇ ਨੇ ਵੋਟਰ ਨੇ ਉੱਠ ਕੇ ਬੋਲਿਆ, ਰਾਜਾ ਵੜਿੰਗ ਜੀ ਤੋਂ ਮਾਈਕ ਫੜ ਕੇ ਉਹਨੇ ਬੋਲਿਆ ਕਿ ਯਾਰ ਨੌਕਰੀਆਂ ਕਿੱਥੇ ਵੋਟ ਲੈਣ ਆ ਗਿਆ, ਨੌਕਰੀ ਕਿੱਥੇ, ਇਹ ਲੋਕਾਂ ਦਾ ਰਾਈਟ ਹੈ, ਇਹ ਸਵਾਲ ਉਦੋਂ ਹੀ ਪੁੱਛਣਗੇ ਨਹੀਂ ਤਾਂ ਅੱਗੇ ਪਿੱਛੇ ਤਾਂ ਹੈਲੀਕਾਪਟਰਾਂ ਤੇ ਉੜ ਜਾਂਦੇ ਨੇ ਜੀ 12,000 ਮੀਲ ਤੇ, ਬਠਿੰਡਿਓ ਬੀਬੀ ਚੜ੍ਹਦੇ ਹੈਲੀਕਾਪਟਰ ਦਿੱਲੀ, ਦਿੱਲੀਓ ਚੜ੍ਹਦੇ ਆ ਬਠਿੰਡੇ, ਕਦੇ ਅੰਮ੍ਰਿਤਸਰ ਚੰਡੀਗੜ੍ਹ। ਸੋ ਇਹ ਲੋਕ ਜਦੋਂ ਜ਼ਮੀਨ ਤੇ ਉਤਰਦੇ ਨੇ ਫਸਲੀ ਬਟੇਰੇ ਇਲੈਕਸ਼ਨਾਂ ਚ ਆ ਕੇ, ਲੋਕੀ ਉਦੋਂ ਸਵਾਲ ਪੁੱਛਦੇ ਆ, ਤੇ ਬਹੁਤ ਅੱਛੀ ਮੈਂ ਕਹਿੰਦਾ ਰੀਤ ਆ ਇਹ, ਸਵਾਲ ਪੁੱਛਣਾ ਚਾਹੀਦਾ ਚਾਹੇ ਕੋਈ ਐਸ ਪੀ ਜੀ ਦੇ ਘੇਰੇ ਚ ਹੈ, ਕੋਈ ਵੱਡੇ ਤੋਂ ਵੱਡਾ ਹੈ, ਪਰ ਸ਼ਾਂਤਮਈ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ, ਮਾਹੌਲ ਦਾ ਰਿਐਕਸ਼ਨ ਆ ਜੀ ਇਦਾਂ ਹੀ ਚੱਲਦਾ ਹੈ। ਹਾਂਜੀ ਪ੍ਰਿਤਪਾਲ ਜੀ, ਤੁਸੀਂ ਕਿਵੇਂ ਵੇਖੋਗੇ ਇਹਨੂੰ? ਉਹ ਬਾਦਲ ਸਾਹਿਬ ਕਹਿੰਦੇ ਵੀ ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ, ਵਿਰੋਧੀ ਪਾਰਟੀਆਂ 'ਚ ਤਾਂ ਤੁਸੀਂ ਸਾਰੇ ਆ ਗਏ, ਕਾਂਗਰਸ ਵਾਲੇ ਵੀ ਆ ਗਏ, ਆਪ ਵਾਲੇ ਵੀ ਆ ਗਏ, ਖਹਿਰਾ ਵਾਲੇ ਵੀ ਆ ਗਏ, ਅਤੇ ਕਮਿਊਨਿਸਟ ਪਾਰਟੀਆਂ ਵੀ ਵਿੱਚ ਆ ਗਈਆਂ। ਤੁਹਾਨੂੰ ਸਾਰਿਆਂ ਨੂੰ ਡਰ ਲੱਗਦਾ ਵੀ ਉਹ ਕਬਜ਼ਾ ਸੀਟ ਅਕਾਲੀ ਦਲ ਦਾ ਉੱਥੇ, ਬੀਬੀ ਹਰਸਿਮਰਤ ਕੌਰ ਬਾਦਲ ਦਾ ਕਬਜ਼ਾ, ਵੀ ਕਿਸੇ ਤਰੀਕੇ ਅਸੀਂ ਉਹ ਸੀਟ ਛੁਡਾ ਲਈਏ? ਕਿਤੇ ਇਹਦੇ ਪਿੱਛੇ ਤੁਸੀਂ ਤਾਂ ਨਹੀਂ, ਵਿਰੋਧੀ ਪਾਰਟੀਆਂ ਵਾਲੇ ਤਾਂ ਨਹੀਂ ਹੱਲਾਸ਼ੇਰੀ ਦੇ ਦਿੰਦੇ ਵੀ ਕਰੋ ਜੀ ਵਿਰੋਧ? ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ ਜੀ, ਜਿਹੜੀ ਸਿਆਸਤ ਦਾ ਮਨਿਆਰ ਆ ਨਾ ਉਹ ਡੇ ਬਾਈ ਡੇ ਡਿੱਗਦਾ ਜਾ ਰਿਹਾ। ਕੋਈ ਚਾਰ ਕੋ ਜੋ ਬਹੁਤ ਲੋਕ ਬਹੁਤ ਕੁਝ ਕਰਦੇ ਨੇ, ਜਿਹੜਾ ਬੀਬੀ ਦਾ ਵਿਰੋਧ ਹੋਇਆ ਉਹ 10 ਸਾਲ ਜਿਹੜਾ ਅਕਾਲੀ ਦਲ ਦਾ ਰਾਜ ਰਿਹਾ, ਉਹਦੇ ਵਿੱਚ ਜਿਹੜੇ ਡਬਲੇ ਕੁਚਲੇ ਲੋਕ ਸੀਗੇ ਉਹ ਉੱਠੇ ਨੇ। ਉਹ ਪਿਛਲੀ ਇਲੈਕਸ਼ਨ ਟਾਈਮ ਉਹ ਵਿਰੋਧ ਇੰਨਾ ਦਿਖਿਆ ਨਹੀਂ, ਪਹਿਲਾਂ ਪਾਰਟੀਆਂ ਦਾ ਟ੍ਰੈਂਡ ਆਇਆ, ਬਾਕੀ ਚੀਜ਼ਾਂ ਆਈਆਂ, ਹੁਣ ਕਾਲੇ ਝੰਡੇ ਦਿਖਾਏ ਗਏ ਨੇ। ਹੁਣ ਕੀ ਪਤਾ ਉਹਨਾਂ ਦੀ ਸਟ੍ਰੈਟਜੀ ਹੋਵੇ, ਆਪ ਹੀ ਕਰਾ ਰਹੇ ਹੁਣ ਕਿ ਸਾਡਾ ਵਿਰੋਧ ਵੀ ਹੋ ਗਿਆ ਥੋੜ੍ਹਾ ਬਹੁਤਾ, ਇਹ ਥੋੜ੍ਹਾ ਬਹੁਤਾ ਵਿਰੋਧ ਆ, ਬਾਕੀ ਲੋਕ ਸਾਡੇ ਨਾਲ ਆ, ਇੱਕ ਦੋ ਬੰਦੇ ਵਿਰੋਧ ਕਰ ਰਹੇ। ਦੂਜੀ ਗੱਲ ਮੈਂ ਬ੍ਰਦਰ ਦਾ ਦੇਦਾ ਰਾਜੇ ਵੜੇ ਗਾਲੀ ਦੀ ਟਿੱਪਣੀ, 50,000 ਰੁਪਇਆ ਕਿਸੇ ਨੇ ਗਿਣਿਆ ਨਹੀਂ। ਉਹਦੇ ਤੇ ਇਹ ਆ ਕੀ ਪਤਾ ਫੰਡ ਹੀ ਦਿੰਦਾ ਹੋਵੇ, ਰਾਜੇ ਨੇ ਨਾ ਲਿਆ ਹੋਵੇ ਵਾਪਸ ਕਰਤਾ ਹੋਵੇ, ਭਾਈ ਇਹ ਚੋਣ ਕਮਿਸ਼ਨ ਦਾ ਟਾਈਮ ਹੈਗਾ ਕਿ ਇਹ ਜਿਹੀਆਂ ਚੀਜ਼ਾਂ ਅਸੀਂ ਕੈਸ਼ ਨਹੀਂ ਲੈ ਸਕਦੇ, ਅਸੀਂ ਵਾਪਸ ਕੀਤਾ ਹੋਵੇ। ਜਿਹੜੀ ਪਾਰਟੀ ਆਮ ਆਦਮੀ ਪਾਰਟੀ ਨੌਟੰਕੀ ਪਾਰਟੀ ਹੈ, ਸਾਰਿਆਂ ਨੂੰ ਪਤਾ ਨੌਟੈਕ ਉਹਨਾਂ ਨੂੰ ਕਰਨੇ ਆਉਂਦੇ ਆ, ਉਹ ਵੀਡੀਓ ਕਲਿੱਪ ਦਾਰੂ ਨਾਲ ਸਟਾਰਟ ਹੋ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਚਲੋ ਹੋ ਗਿਆ, ਤੁਹਾਡੀ ਗੱਲ ਹੋ ਗਈ, ਹਾਂਜੀ ਤੁਸੀਂ ਆਪਣੀ ਗੱਲ। ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਦਾ ਧੰਨਵਾਦ ਕਰਦਾ ਸਿਆਸਤਦਾਨਾਂ ਨੂੰ ਸ਼ੀਸ਼ਾ ਦਿਖਾਉਣ ਲੱਗ ਕੇ, ਕਿਉਂਕਿ ਇਹ ਲੋੜ ਸੀ, ਕਿਉਂਕਿ ਜੋ ਇਹਨਾਂ ਨੇ ਘਾਣ ਕਰਤਾ ਸਾਡੇ ਪੰਜਾਬ ਦਾ ਉਹਦੇ ਜ਼ਿੰਮੇਦਾਰ ਦੋ ਟੱਬਰ ਹੀ ਨੇ। ਮੈਂ ਉਹੀ ਕਹਿ ਰਿਹਾ ਸਰ, ਉੱਥੇ ਬਠਿੰਡੇ ਰਾਜਾ ਵੜਿੰਗ ਦਾ ਵੀ ਵਿਰੋਧ ਹੋ ਰਿਹਾ ਅਤੇ ਬੀਬੀ ਬਾਦਲ ਦਾ ਵੀ ਵਿਰੋਧ ਹੋ ਰਿਹਾ, ਉਹ ਤਾਂ ਵਿਰੋਧ ਹੋ ਰਿਹਾ ਜਿਹੜੀ ਇਹਨਾਂ ਦੀ ਜੁਮਲੇਬਾਜ਼ੀ ਹੈ, ਲੋਕਾਂ ਨੂੰ ਸਮਝ ਆ ਗਈ ਹੈ ਕਿ ਇਹਨਾਂ ਨੇ ਸਾਨੂੰ ਬੇਵਕੂ ਬਣਾਇਆ, ਸਾਡੇ ਉੱਪਰ ਗੁਮਰਾਹ ਕਰਨ ਦੀ ਰਾਜਨੀਤੀ ਕੀਤੀ ਹੈ, ਜਿਹਦੇ ਕਰਕੇ ਲੋਕਾਂ 'ਚ ਜਾਗਰੂਕਤਾ ਆ ਚੁੱਕੀ ਹੈ, ਸ਼ੀਸ਼ਾ ਉਹਨਾਂ ਨੇ ਦਿਖਾਉਣਾ ਸ਼ੁਰੂ ਕਰਤਾ, ਤਾਂ ਕਰਕੇ ਇਹਨਾਂ ਦੋਨੋਂ ਪਾਰਟੀਆਂ ਨੂੰ ਭਾਜੜਾਂ ਪਈਆਂ ਹੋਈਆਂ। ਚਲੋ ਆਪਾਂ ਰਿਐਕਸ਼ਨ ਲੈ ਲਈਏ, ਹਾਂਜੀ ਤੁਸੀਂ ਆਪਣੀ ਗੱਲ ਰੱਖ ਲਓ ਵਿੱਚ ਨਾ ਬੋਲੋ। ਪਹਿਲਾਂ ਜੀ ਬਲਜੀਤ ਜੀ ਨੇ ਕਿਹਾ ਵੀ ਉਹ ਗਲਤ ਹੈ, ਮੰਨ ਲੈਂਦਾ ਆ ਟੀਟੂ ਬਾਣੀ ਨੂੰ ਭੁੱਲ ਗਏ ਹੋ, ਜਿਹੜਾ ਦੱਥੜੀ ਪਿੱਟੀ ਜਾਂਦਾ ਹੈਗਾ ਜਗਰਾਓਂ ਹਲਕੇ ਦੇ ਵਿੱਚ, ਮੈਨੂੰ ਬਿੱਟੂ ਜੀ ਨੇ ਕਿਹਾ ਸ਼ਮਸ਼ਾਨ ਘਾਟ ਦੀ ਸੜਕ ਬਣ ਜੂਗੀ, ਆ ਚਾਰ ਮੂੰਹ ਸੜੀਆਂ ਸੜਕਾਂ ਬਣ ਜਾਣਗੀਆਂ, ਆਹ ਹੋ ਜੂਗਾ ਸ਼ਮਸ਼ਾਨ ਘਾਟ ਦੀ ਡਿਵੈਲਪਮੈਂਟ ਹੋ ਜੂਗੀ। ਉਹ ਬਾਰ ਬਾਰ ਉੱਥੇ ਜਗਰਾਓਂ ਹਲਕੇ ਦੇ ਵਿੱਚ ਟੀਟੂ ਬਾਣੀਆਂ ਨਾਮ ਦਾ ਇਹਨਾਂ ਦਾ ਵਰਕਰ ਪਿੱਟਦਾ, ਉਹ ਸਾਫ਼ ਕਹਿੰਦਾ ਵੀ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਤੁਸੀਂ ਉਦੋਂ ਚਿੱਟੇ ਰਾਵਣ ਸਾੜਦੇ ਸੀ, ਹੁਣ ਕਿਉਂ ਨਹੀਂ ਤੁਸੀਂ ਚਿੱਟੇ ਬਾਰੇ ਗੱਲ ਕਰਦੇ? ਉਹ ਤਾਂ ਇਹਨੂੰ ਯਾਦ ਹੋਊ ਤਾਂ ਬੋਲਣ ਦਿੱਤੇ ਤਾਂ ਬੋਲਣ, ਇਹ ਤਾਂ ਚਲੋ ਅਸੀਂ ਮੰਨ ਲੈਂਦੇ ਹਾਂ ਤੁਹਾਡੀ ਕਹਿਣ ਦੇ ਮੁਤਾਬਕ ਮੰਨ ਲੈਂਦੇ ਹਾਂ। ਸਿਆਸਤ ਬਿੱਟੂ ਦੇ ਸਰਕਾਰ ਤਾਂ ਤੁਹਾਡੀ 5 ਕਰੋੜ ਰੁਪਇਆ ਫੰਡ ਆਉਂਦਾ, ਉਹਦੇ ਸਾਰੇ ਹਿਸਾਬ ਦਿੱਤਾ ਅਗਲੇ ਨੇ, ਤੁਹਾਡੇ ਪਾਰਟੀ ਨੇ ਫੰਡ ਨਹੀਂ ਦਿੱਤਾ ਜਿਹੜੀਆਂ ਸਰਕਾਰ ਬਣਦੀਆਂ ਜਿਹੜੀਆਂ ਸਰਕਾਰ ਟੀਟੂ ਬਾਣੀ ਦੇ ਇਲਜ਼ਾਮ ਦੀ ਗੱਲ ਕਰਦਾ, ਉਹ ਤਾਂ ਸ਼ਰੇਆਮ ਇਲਜ਼ਾਮ ਹੈ। ਚਲੋ ਹੋ ਗਿਆ ਟੋਟਾ ਹੀ ਹੈ, ਚਲੋ ਹੋ ਗਿਆ, ਹੋ ਗਿਆ ਸਰ, ਹੋ ਗਿਆ। ਮੈਂ ਇਸ਼ੂ ਸਪੈਸਿਫਿਕ ਪੋਲਿਟਿਕਸ ਤੇ ਅੱਗੇ ਵਧੂੰਗਾ। ਬਾਦਲ ਸਾਹਿਬ ਨੇ ਜਿਹੜੇ ਅੱਜ ਕਾਗਜ਼ ਭਰੇ ਨੇ,
ਬਾਦਲ ਸਾਹਿਬ ਕਵਰਿੰਗ ਕੈਂਡੀਡੇਟ ਬਣ ਗਏ। ਅਗਰ ਕਦੀ ਅਜਿਹੀਆਂ ਸਥਿਤੀਆਂ ਬਣਦੀਆਂ ਨੇ ਕਿ ਬਾਦਲ ਸਾਹਿਬ ਨੂੰ ਚੋਣ ਲੜਨੀ ਪੈ ਜਾਵੇ, ਕੀ ਸਮੀਕਰਨ ਬਦਲਣਗੇ, ਫਿਰ ਕਿਵੇਂ ਵੇਖਦੇ ਹੋ? ਦੇਖੋ, ਕਿਉਂਕਿ ਕਵਰਿੰਗ ਕੈਂਡੀਡੇਟ ਵੀ ਕਦੀ ਉਮੀਦਵਾਰ ਬਣ ਸਕਦਾ, ਉਹ ਇਸੇ ਕਰਕੇ ਭਰੇ ਜਾਂਦੇ ਕਾਗਜ਼। ਦੇਖੋ, ਟੈਕਨੀਕਲ ਪੁਆਇੰਟ ਇਹਦੇ 'ਚ ਇਹ ਹੈ ਜੀ ਕਿ ਮੁੱਖ ਉਮੀਦਵਾਰ ਨੇ ਜਿਹਨੇ ਕਾਗਜ਼ ਭਰਿਆ, ਜੇ ਉਹਦੇ ਕਾਗਜ਼ ਰੱਦ ਹੋ ਜਾਂਦੇ ਤਾਂ ਕਵਰਿੰਗ ਕੈਂਡੀਡੇਟ ਦਾ ਕੰਮ ਹੀ ਇਹ ਹੁੰਦਾ ਕਿ ਉਹਦੀ ਜਗ੍ਹਾ 'ਤੇ ਉਮੀਦਵਾਰ ਬਣ ਜੂਗਾ। ਇਹ ਇੱਕ ਨੋਮ ਹੈ ਇਲੈਕਸ਼ਨ ਕਮਿਸ਼ਨ ਦਾ। ਪਰ ਮੈਨੂੰ ਲੱਗਦਾ ਬਾਦਲ ਸਾਹਿਬ ਪਹਿਲੀ ਵਾਰੀ ਕਵਰਿੰਗ ਕੈਂਡੀਡੇਟ ਬਣੇ ਹੋਣਗੇ ਸ਼ਾਇਦ। ਪਰ ਜਿਹੜਾ ਲੋਕਾਂ ਦਾ ਵਿਰੋਧ ਨਜ਼ਰ ਆ ਰਿਹਾ, ਬੜੇ ਸਮਾਰਟ ਪੋਲੀਟੀਸ਼ੀਅਨ ਨੇ ਵੱਡੇ ਬਾਦਲ ਸਾਹਿਬ, ਮੈਂ ਇਸ ਗੱਲ ਨੂੰ ਮੈਂ ਕਿ ਸਾਰੇ ਲੋਕ ਮੰਨਦੇ ਹੈ ਕਿ ਜਿੱਦਾਂ ਗੁੰਝਲਾਂ 'ਚ ਪਾ ਕੇ ਉਹਨਾਂ ਨੇ ਪੰਜਾਬ ਨੂੰ ਬੇਵਕੂਫ ਬਣਾ ਕੇ ਵਾਰ ਵਾਰ ਮੂਹਰੇ ਆਉਂਦੇ ਰਹੇ ਹੈ, ਪਰ ਆਪਣੇ ਲੋਕਾਂ ਨੂੰ ਵੀ ਡਿਸੀਵ ਕੀਤਾ ਉਹਨਾਂ ਨੇ। ਹੁਣ ਬੀਬਾ ਜੀ ਦਾ ਉੱਥੇ ਵਿਰੋਧ ਹੋ ਰਿਹਾ ਹੈ, ਮਾੜਾ ਕੋ ਮਾਨ ਸਾਹਿਬ ਕਹਿੰਦੇ ਹੁੰਦਾ ਪੈਨਸਲਿੰਗ ਦਾ ਟੀਕਾ ਲਾ ਕੇ ਦੇਖਿਆ, ਧੱਫੜ ਤਾਂ ਨਹੀਂ ਹੁੰਦੇ, ਹੁਣ ਧੱਫੜ ਹੋ ਗਏ। ਇਸੇ ਕਰਕੇ ਹੁਣ ਵੱਡੇਵਾਲ ਸਾਹਿਬ ਆਏ ਨੇ ਬੈਕਅਪ ਪਲਾਨ, ਉਹ ਵੱਡਾ ਬਜ਼ੁਰਗ ਉਹਨੂੰ ਆਰਾਮ ਕਰਨ ਦੇ ਦਿਨ ਆ ਉਹਨਾਂ ਕੋਲ ਜੀ, ਸਾਲਾ ਸਾਰਾ ਆਪਣੇ ਉੱਥੇ ਜਾਣ ਫਾਰਮ 'ਤੇ ਆਰਾਮ ਕਰਨ। ਵੱਡੇਵਾਲ ਸਾਹਿਬ ਹੁਣ ਤੱਕੀ ਫਿਰਦਾ ਕਿ ਬਾਬਾ ਸਾਨੂੰ ਤਾਂ ਲੋਕ ਪੁੱਛਦੇ ਨਹੀਂ, ਜਲੂਸ ਕੱਢ ਰਹੇ, ਤੁਸੀਂ ਆ ਜਾਓ। ਪਰ ਇਸ ਸਾਰੀ ਬੇਅਦਬੀ ਦੇ ਕਾਂਡ ਦੇ ਵਿੱਚ ਵੱਡੇ ਬਾਦਲ ਸਾਹਿਬ, ਛੋਟਾ ਸੁਖਬੀਰ ਬਾਦਲ, ਬੀਬੀ ਹਰਸਿਮਰਤ ਮਜੀਠੀਆ, ਸਾਰਾ ਅਕਾਲੀ ਦਲ ਦੋਸ਼ੀ ਹੈ। ਲੋਕ ਇਹਨਾਂ ਨੂੰ ਸਜਾਵਾਂ ਦੇਣਗੇ, ਵੱਡੇਵਾਲ ਛੱਡੋ, ਜਿਹੜੇ ਮਰਜ਼ੀ ਲੈ ਕੇ ਕਿਸੇ ਨੂੰ, ਲੋਕੀ ਉਹਨਾਂ ਨੂੰ ਵੋਟਾਂ ਦੇ ਰੂਪ 'ਚ ਦੱਸਣਗੇ ਇਹਨਾਂ ਦੇ ਉਲਟ ਕੇ ਕੀ ਰਿਜ਼ਲਟ। ਚਲੋ, ਸਰਕਾਰਾਂ ਦੇ ਪ੍ਰਤੀ ਗੁੱਸਾ ਲੋਕਾਂ 'ਚ। ਹਾਂਜੀ, ਮੈਂ ਵਕੀਲ ਸਾਹਿਬ ਦੇ ਜਿਹੜੇ ਜ਼ਹਿਰ ਪੁੱਜੇ ਵਿਚਾਰ ਆ, ਇਹਨਾਂ ਨੂੰ ਸਿਰੇ ਤੋਂ ਨਕਾਰਦਾ। ਬਾਦਲ ਸਾਹਿਬ ਅਕਾਲੀ ਦਲ ਦੇ ਹੀ ਨਹੀਂ, NDA ਦੇ ਵੀ ਸਭ ਤੋਂ ਸਤਿਕਾਰਤ ਨੇਤਾ ਨੇ। ਨਰਿੰਦਰ ਮੋਦੀ ਜੀ ਨੇ ਨਾਮਾਂਕਣ ਭਰਨ ਤੋਂ ਪਹਿਲਾਂ ਸਰਕਟ ਹਾਊਸ ਦੇ ਵਿੱਚ ਬਕਾਇਦਾ ਸਿਰਫ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪੈਰੀ ਹੱਥ ਲਾ ਕੇ ਪਿਤਾ ਤੁੱਲੇ ਹੋਣ ਦੇ ਨਾਤੇ ਉਹਨਾਂ ਦਾ ਅਡਵਾਨੀ ਸਾਹਿਬ ਨਹੀਂ ਸੀ, ਉਹਨਾਂ ਦੇ ਵੀ ਲਾ ਦੇਣੇ ਸੀ, ਨਹੀਂ ਤਾਂ ਅਡਵਾਨੀ ਸਾਹਿਬ ਹੁੰਦੇ ਉਹਨਾਂ ਦੇ ਵੀ ਲਾ ਦੇਣੇ ਸੀ। ਅਗਰ ਬਾਦਲ ਸਾਹਿਬ ਕੈਂਡੀਡੇਟ ਬਣਦੇ ਨੇ, ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ, ਤੇ ਬਠਿੰਡੇ ਦੇ ਲੋਕਾਂ ਲਈ ਬਹੁਤ ਵੱਡ ਭਾਗਾ ਦਿਨ ਹੋਊਗਾ, ਮੈਂ ਤਾਂ ਇਹ ਮੰਨਦਾ। ਬਿਲਕੁਲ ਠੀਕ ਹੈ। ਚਲੋ, ਤੁਸੀਂ ਕਿਵੇਂ ਦੇਖਦੇ ਹੋ ਜੀ ਬਾਦਲ ਸਾਹਿਬ ਦੇ ਕਵਰਿੰਗ ਕੈਂਡੀਡੇਟ ਨੇ? ਕਵਰਿੰਗ ਕੈਂਡੀਡੇਟ ਪਹਿਲੀ ਵਾਰੀ ਐਡਾ ਮਜ਼ਬੂਤ ਹੈ, ਹਾਲਾਂਕਿ ਚਰਚਾ ਬਣਦੀ ਨਹੀਂ, ਪਰ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਕਵਰਿੰਗ ਕੈਂਡੀਡੇਟ ਹੈ, ਇਸ ਕਰਕੇ ਗੱਲ ਕਰਨੀ ਬਣਦੀ ਹੈ ਕਿ ਇਹਦੇ ਪਿੱਛੇ ਕੋਈ ਰਣਨੀਤੀ ਤਾਂ ਨਹੀਂ? ਸਰ, ਇਹਦੇ ਪਿੱਛੇ ਪੂਰੀ ਤੇ ਪੂਰੀ ਰਣਨੀਤੀ ਆ। ਇਹ ਆਪਣੀ ਸਿਆਸੀ ਜ਼ਮੀਨ ਲੱਭ ਰਿਹਾ ਕਿ ਅਸੀਂ ਜੇ ਵੱਡੇ ਬਾਦਲ ਜੀ ਨੂੰ ਪ੍ਰੋਜੈਕਟ ਕਰਦੇ ਹਾਂ, ਜੇ ਬਣਨ ਨਾਲ ਕਿਤੇ ਫਾਇਦਾ ਅਕਾਲੀ ਦਲ ਨੂੰ ਲੱਗਦਾ ਹੋਵੇ ਵੀ ਸ਼ਾਇਦ ਸਾਨੂੰ ਫਾਇਦਾ ਮਿਲ ਜਾਵੇ, ਕਿ ਪ੍ਰਕਾਸ਼ ਸਿੰਘ ਬਾਦਲ ਇਹ ਸੋਚ ਹੋ ਸਕਦੀ ਹੈ ਕਿ ਵੱਡੇ ਬਾਦਲ ਜੀ ਨੇ ਤਾਂ ਐਲਾਨ ਕਰਤਾ ਸੀ ਕਿ ਹੁਣ ਮੈਂ ਕਦੇ ਇਲੈਕਸ਼ਨ ਲੜਨੀ ਨਹੀਂ, ਪਰ ਇਹਦੇ 'ਚ ਜਿਹੜਾ ਇਹਨਾਂ ਨੇ ਕਵਰਿੰਗ ਕੈਂਡੀਡੇਟ ਬਣਾਇਆ ਅਕਾਲੀ ਦਲ ਨੇ ਮੀਡੀਆ 'ਚ ਪ੍ਰੋਜੈਕਟ ਕਰਨ ਲਈ ਕਿ ਕੱਲ੍ਹ ਨੂੰ ਜੇ ਜ਼ਿਆਦਾ ਵਿਰੋਧ ਹੁੰਦਾ ਬੀਬਾ ਬਾਦਲ ਦਾ ਤਾਂ ਅਸੀਂ ਸਿੰਪਥੀ ਵੋਟ ਬਾਦਲ ਸਾਹਿਬ ਦੇ ਨਾਮ 'ਤੇ ਲਵਾਂਗੇ। ਪਰ ਉਹ ਹੁਣ ਲੋਕ ਸਮਝਦਾਰ ਹੋ ਚੁੱਕੇ ਆ, ਕਿਉਂਕਿ ਬੇਦਬੀਆਂ ਦੇ ਪਿੱਛੇ ਅਕਾਲੀ ਦਲ ਦੋਸ਼ੀ ਹੈ ਜੋ ਪੰਜਾਬ ਦਾ ਘਾਣ ਕੀਤਾ, ਕਿਉਂਕਿ ਬਹੁਤ ਲੰਬਾ ਸਮਾਂ ਬਾਦਲ ਸਾਹਿਬ ਨੇ ਰਾਜ ਕੀਤਾ, 5 ਵਾਰੀ ਮੁੱਖ ਮੰਤਰੀ ਬਣਿਆ, ਇੰਨਾ ਇਹਨਾਂ ਨੇ ਬੀਜ ਬੀਜਿਆ ਪੰਜਾਬ ਦੇ ਘਾਣ ਦਾ, ਅਤੇ ਇਹ ਲੋਕੀ ਐਦ ਕੇ ਜਵਾਬ ਦੇਣਗੇ। ਚਲੋ ਚਲੋ, ਮੈਂ ਤੁਹਾਡੇ ਕੋਲ ਵੀ ਆਉਣਾ। ਬਲੀਵਾਲ ਸਾਹਿਬ, ਮੈਂ ਤੁਹਾਡੇ ਤੋਂ ਇਹ ਸਵਾਲ ਲਊਂਗਾ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ, ਪਹਿਲਾਂ ਗੱਲਾਂ ਆਈਆਂ ਸੀ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਚੋਣ ਨਹੀਂ ਲੜਨੀ, ਕਵਰਿੰਗ ਕੈਂਡੀਡੇਟ ਬਣ ਗਏ, ਮਨੋਵਿਗਿਆਨਿਕ ਤੌਰ 'ਤੇ ਕਾਂਗਰਸ 'ਤੇ ਦਬਾਅ ਪਿਆ ਇਹਦਾ ਕਿ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਕਵਰਿੰਗ ਕੈਂਡੀਡੇਟ ਨੇ? ਕਵਰਿੰਗ ਕੈਂਡੀਡੇਟ ਤਾਂ ਇੱਕ, ਜੇ ਕਾਗਜ਼ ਰਿਜੈਕਟ ਹੋਣਗੇ ਤਾਂ ਕਵਰਿੰਗ ਕੈਂਡੀਡੇਟ ਅੱਗੇ ਆਊਗਾ, ਉਹਦੇ ਨਾਲ ਕੀ ਹੋਊਗਾ? ਉਹਦਾ ਪਤਾ ਹੀ ਹੈ ਬਾਦਲ ਫੈਮਿਲੀ ਦਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਮੁੱਢ ਹੈ, ਉਹਨੇ ਪ੍ਰਚਾਰ ਕਰਨਾ ਹੀ ਕਰਨਾ, ਚਾਹੇ ਉਹ ਕਵਰਿੰਗ ਕੈਂਡੀਡੇਟ ਬਣ ਕੇ ਕਰਨਾ। ਕਿਤੇ ਲੋਕਾਂ ਨੂੰ ਇਹ ਸੁਨੇਹਾ ਦੇਣ ਲਈ ਤਾਂ ਨਹੀਂ ਵੀ ਦੇਖੋ ਪ੍ਰਕਾਸ਼ ਸਿੰਘ ਬਾਦਲ ਇਨਵੋਲਵ ਹੈ ਨਾਲ ਇਲੈਕਸ਼ਨ? ਦੇਖੋ ਜੀ, ਆਪਾਂ 70 ਦੇ ਦਸ਼ਕ ਜਾਂ ਪਿਛਲੇ ਦਸ਼ਕ 'ਤੇ ਨਹੀਂ ਚੱਲਦੇ, ਅੱਜ ਕੱਲ੍ਹ ਸਾਰੇ ਐਕਟਿਵ ਨੇ ਸੋਸ਼ਲ ਮੀਡੀਆ, ਸਾਰਿਆਂ ਨੂੰ ਪਤਾ ਕਿ ਰਣਨੀਤੀ ਦਾ ਪਾਰਟ ਹੈ ਉਹਨਾਂ ਦੀ, ਕਿ ਇੱਕ ਸਟੈਪ ਚੱਲਿਆ ਗਿਆ ਕਿ ਹਾਂਜੀ ਵੱਡੇ ਬਾਦਲ ਸਾਹਿਬ ਦਾ ਫੇਸ ਆ ਪਿੱਛੇ, ਬੈਕ ਹੈ, ਚਲੋ ਆਪਣੀ ਉਹਨਾਂ ਦੀ ਆਪਦੀ ਹੈ। ਚਲੋ, ਮੈਂ ਹੁਣ ਸਨੀ ਦਿਓਲ ਵਾਲੇ ਚੈਪਟਰ ਨੂੰ ਵੀ ਜ਼ਰੂਰ ਖੋਲਣਾ ਚਾਹੂੰਗਾ। ਗੁਰਦਾਸਪੁਰ 'ਚ ਸਨੀ ਦਿਓਲ ਲਾਂਚ ਕਰਤਾ ਅੱਜ ਭਾਜਪਾ ਨੇ, ਪਹਿਲਾਂ ਤਾਂ ਤੁਹਾਡੀ ਟਿੱਪਣੀ, ਗੁਰਦਾਸਪੁਰ 'ਚ ਤੁਹਾਡਾ ਸਾਂਝਾ ਉਮੀਦਵਾਰ ਹੈ ਜਿਹੜਾ, ਉਹ ਹੁਣ ਕੀ ਸਨੀ ਦਿਓਲ ਦਾ ਮੁਕਾਬਲਾ ਕਰ ਲੂ? ਕਾਂਗਰਸ ਵਾਲੇ ਵੀ ਚੁਣੌਤੀ ਮੰਨ ਰਹੇ ਨੇ। ਮੈਂ ਤਾਂ ਇਹ ਕਹਿਣਾ ਹੈ ਕਿ BJP ਕੋਲ
ਮਤਲਬ ਸਿਰਫ ਵਲੰਟੀਅਰ ਹੀ ਤਿਆਰ ਕੀਤੇ ਜਾਂਦੇ, ਇਹਨਾਂ ਕੋਲ ਲੀਡਰ ਨਹੀਂ ਤਿਆਰ ਕੀਤੇ ਜਾਂਦੇ, ਜਿਹਦੇ ਕਰਕੇ ਇਹਨਾਂ ਨੇ ਪੈਰਾਸ਼ੂਟਰ ਲੀਡਰ ਲਿਆਉਂਦੇ ਆ, ਦੋ ਪੈਰਾਸ਼ੂਟਰ ਲੀਡਰ ਲਿਆਉਂਦੇ ਆ, ਇੱਕ ਅੰਮ੍ਰਿਤਸਰ ਤੋਂ ਹਰਦੀਪ ਸਿੰਘ ਪੁਰੀ ਜੀ ਅਤੇ ਗੁਰਦਾਸਪੁਰ ਤੋਂ ਸਨੀ ਦਿਓਲ ਜੀ। ਨੋ ਡਾਊਟ ਉਹਨਾਂ ਨੇ ਫਿਲਮੀ ਕਿਰਦਾਰ ਬਹੁਤ ਵਧੀਆ ਨਿਭਾਇਆ ਸਨੀ ਦਿਓਲ ਦਾ, ਅਸੀਂ ਸਾਰੇ ਨੌਜਵਾਨ ਉਹਨਾਂ ਨੂੰ ਫੋਲੋ ਕਰਦੇ ਹਾਂ। ਪਰ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਉਹ ਇੱਕ ਪਬਲਿਕ ਸਰਵੈਂਟ ਹੁੰਦਾ, ਅਤੇ ਜਿੱਦਾਂ ਦਾ ਉਹਨਾਂ ਦਾ ਰਹਿਣ ਸਹਿਣ ਰਿਹਾ ਹੈ ਨਾ, ਇੱਕ VIP ਕਲਚਰ 'ਚ ਰਹੇ ਆ, ਅਦਾਕਾਰ ਦੇ ਤੌਰ 'ਤੇ ਮਤਲਬ ਫਿਲਮੀ 'ਚ ਰਹੇ ਆ, ਫਿਲਮੀ ਲਾਈਫ ਸਟਾਈਲ 'ਚ ਉਹਨਾਂ ਨੇ ਰਿਹਾ, ਉਹ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ? ਇਹ ਬੜਾ ਵੱਡਾ ਕੁਐਸਚਨ ਮਾਰਕ ਹੈ ਕਿ ਜਿਹੜੀ ਇੱਕ ਰਾਜਨੀਤਿਕ ਸੇਵਾ ਉਹ ਅੱਡ ਵਿਸ਼ ਹੈ, ਫਿਲਮਾਂ 'ਚ ਕਿਰਦਾਰ ਨਿਭਾਉਣਾ ਜਾਂ ਕਿਸੇ ਅਫਸਰਸ਼ਾਹੀ ਜ਼ਿੰਦਗੀ ਜੀਣਾ ਉਹ ਅੱਡ ਵਿਸ਼ ਹੈ। ਅਤੇ ਲੋਕ ਐਤਕੀ ਬਹੁਤ ਸਮਝਦਾਰ ਨੇ ਕਿ ਐਤਕੀ ਲੋਕ ਕਹਿ ਰਿਹਾ ਸੀ ਰੀਅਲ ਲਾਈਫ ਹੀਰੋਜ਼ ਨੂੰ ਜਿਤਾਉਣਾ, ਨਾ ਕਿ ਰੀਅਲ ਲਾਈਫ ਹੀਰੋਜ਼ ਨੂੰ ਜਿਤਾਉਣਾ। ਇਹਦੇ ਕਰਕੇ ਮੈਨੂੰ ਲੱਗਦਾ ਜਿਹੜੇ ਸਾਡੇ ਉਮੀਦਵਾਰ ਨੇ ਲਾਲ ਚੰਦ ਕਟਾਰੂ ਚੱਕ, ਉਹ ਬਹੁਤ ਉੱਥੋਂ ਸੇਵਾ ਕਰਦੇ ਆ ਰਹੇ ਅਤੇ ਲੋਕ ਉਹਨਾਂ ਨੂੰ ਬਹੁਤ ਸਹਿਯੋਗ ਦੇ ਰਿਹਾ ਅਤੇ ਬਹੁਤ ਸਮਰਥਨ ਦੇ ਰਿਹਾ, ਅਤੇ ਮੈਨੂੰ ਲੱਗਦਾ ਉਹ ਜਿੱਤ ਉੱਥੋਂ ਪ੍ਰਾਪਤ ਜ਼ਰੂਰ ਕਰਨਗੇ। ਹਾਸਾ ਵੀ ਪਾ ਰਹੇ ਨੇ BJP ਵਾਲੇ, ਹਜੇ ਤਾਂ ਜਿੱਤ ਹੋਈ ਨਹੀਂ। ਹਾਂਜੀ, ਕਿਸੇ ਦੀ ਜਿੱਤ ਨਹੀਂ ਹੋਈ ਅਜੇ ਤੱਕ। ਜਿਹੜੇ ਕੈਂਡੀਡੇਟ ਸਾਹਿਬ ਦੀ ਗੱਲ ਕਰ ਰਹੇ ਨੇ, ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਉਹਨਾਂ ਦਾ ਨਾਂ ਸੁਣਿਆ। ਲਾਲ ਨਹੀਂ, ਪਰ ਲੋਕਾਂ ਉੱਥੇ ਇਲਾਕੇ 'ਚ ਜਾਣਦੇ ਲੋਕ, ਪਤਾ ਨਹੀਂ ਜੀ ਜਾਣਦੇ ਕਿ ਨਹੀਂ ਜਾਣਦੇ, ਲੇਕਿਨ ਸਨੀ ਦਿਓਲ ਨੂੰ ਸਾਰੀ ਦੁਨੀਆ ਜਾਣਦੀ। ਇਹ ਮੈਂ ਨਹੀਂ, ਪਰ ਸਨੀ ਦਿਓਲ ਕੋਲ ਤਾਂ ਇਕੱਲਾ ਨਾਮ ਹੀ ਹੈ, ਉਹਨੇ ਹਜੇ ਤੱਕ ਰਾਜਨੀਤੀ 'ਚ ਸੇਵਾ ਤਾਂ ਕੀਤੀ ਨਹੀਂ। ਗੱਲ ਇਸ ਤਰ੍ਹਾਂ ਹੈ, ਇਹ ਕਹਿੰਦੇ ਕਿਵੇਂ ਸੇਵਾ ਕਰਨਗੇ, ਉਸੇ ਤਰ੍ਹਾਂ ਜਿਵੇਂ ਪਲੱਥ ਤੋਂ ਜਾ ਕੇ ਬਠਿੰਡੇ ਦੇ ਵਿੱਚ ਇਹਨਾਂ ਦੇ ਪ੍ਰਧਾਨ ਜੀ ਸੇਵਾ ਕਰਨ ਦੀ ਕੋਸ਼ਿਸ਼ ਕਰਨ 'ਚ ਲੱਗੇ ਹੋਏ ਨੇ, ਉਸੇ ਤਰ੍ਹਾਂ ਸਾਡੇ ਕੈਂਡੀਡੇਟ ਜਿੱਦਾਂ ਵਿਨੋਦ ਖੰਨਾ ਜੀ ਨੇ ਐਜ਼ ਏ ਮੈਂਬਰ ਪਾਰਲੀਮੈਂਟ ਸੇਵਾ ਕੀਤੀ ਹੈ ਹਲਕੇ ਦੇ ਲੋਕਾਂ ਦੀ, ਉਦਾਂ ਹੀ ਸਨੀ ਦਿਓਲ ਜੀ ਦੀ। ਪਰ ਵਿਨੋਦ ਖੰਨਾ ਜੀ ਨੂੰ ਵੀ ਸਿੱਖਣ ਨੂੰ ਬਹੁਤ ਟਾਈਮ ਲੱਗ ਗਿਆ, ਪਰ ਤੁਸੀਂ ਫਲ ਵੀ ਦਿੱਤਾ ਸੀ BJP ਵਾਲਿਆਂ ਨੇ। ਦੇਖੋ, ਵਿਨੋਦ ਖੰਨਾ ਦੀ ਸੇਵਾ ਦਾ ਫਲ ਦਿੱਤਾ ਸੀ, ਵਾਜਪਾਈ ਸਾਹਿਬ ਨੇ ਉਹਨਾਂ ਨੂੰ ਮੰਤਰੀ ਬਣਾਇਆ ਤੇ ਮੋਦੀ ਸਾਹਿਬ ਨੇ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ। ਸੋ ਸਿਆਸੀ ਤੌਰ ਤੇ ਫਲ ਵੀ ਦੇਖੋ ਦਿੰਦੇ ਆ BJP ਵਾਲੇ। ਕਿਉਂ ਸ਼ੱਕਰ ਮੋਦੀ ਜੀ ਹੋ ਸਕਦਾ ਸਨੀ ਦਿਓਲ ਜੀ ਨੂੰ ਵੀ ਮੰਤਰੀ ਬਣਾਉਣ। ਚਲੋ, ਇਹ ਹੁਣ ਤੁਸੀਂ ਇਸ ਭੁਲੇਖੇ ਨਾਲ ਵੀ ਲੋਕਾਂ 'ਚ ਜਾਓਗੇ। ਹਾਂਜੀ, ਕੀ ਕਹਿਣਾ ਚਾਹੋਗੇ ਜੀ? ਸਟਾਰ ਸਨੀ ਦਿਓਲ ਜੀ ਨੂੰ ਕਹਿੰਦੇ ਮੰਤਰੀ ਬਣਾ ਦੇਣਗੇ ਮੋਦੀ ਸਾਹਿਬ, ਮੋਦੀ ਸਾਹਿਬ ਬਣਾ ਦੇਣਗੇ ਮੰਤਰੀ ਸਨੀ ਦਿਓਲ ਨੂੰ, ਤੁਹਾਨੂੰ ਲੱਗਦਾ? ਨਵੇਂ ਨਵੇਂ ਖਿਡਾਰੀ ਨੇ ਸਿਆਸਤ ਦੇ, ਹਜੇ ਕੱਚੀ ਜਮਾਤ ਕੀਤੀ ਨਹੀਂ ਉਹਨਾਂ ਨੇ ਪੋਲਿਟਿਕਸ ਦੀ। ਡੱਲਾ ਸਾਹਿਬ, 10 ਲੱਖ ਦਾ ਸੂਟ ਪਹਿਨਣ ਵਾਲਾ ਫਕੀਰ ਜਿਹੜਾ ਮੋਦੀ ਜੀ ਛਾਤੀ ਆਪਣੀ ਪਿੱਟ ਪਿੱਟ ਕੇ ਲੋਕਾਂ ਮੂਹਰੇ ਡਰਾਮੇ ਨਹੀਂ, ਪਰ ਉਹ ਮੈਂ ਮੰਨਦਾ ਨਹੀਂ, ਕਿਉਂਕਿ ਮੋਦੀ ਸਾਹਿਬ ਨੇ ਆਪ ਕਿਹਾ ਕਿ ਮੈਂ ਮਹਿੰਗੇ ਸੂਟ ਨਹੀਂ ਪਾਉਂਦਾ, ਉਹ ਸਸਤੇ ਹੀ ਹੁੰਦੇ ਕਹਿੰਦੇ। ਉਹ ਚਲੋ ਜੀ, ਜਿੰਨੇ ਉਹਦੀ ਕੋਸਟਿੰਗ ਸਾਰੇ ਮੀਡੀਆ ਨੇ, ਦੇਸ਼ ਨੇ ਦਿਖਾਈ ਸੀ, ਉਹ ਲੋਕ ਉਹਨੂੰ ਮੰਨਦੇ ਆ। ਮੀਡੀਆ ਝੂਠ ਨਹੀਂ ਬੋਲਦਾ ਹੁੰਦਾ, ਜਾਂ ਮੀਡੀਆ ਜਿਹੜੇ ਬਗੈਰ ਤੱਥ 'ਤੇ ਕਦੇ ਵੀ ਗੱਲ ਨਹੀਂ ਕਰਦਾ, ਸਾਰੇ ਮੀਡੀਆ ਨੂੰ ਦੱਸਦੇ ਨੇ, ਕਈ ਕਰਦੇ ਵੀ ਆ। ਚਲੋ ਜੀ, ਪਰ ਜਿਹੜਾ ਪੋਲੀਟਿਕਸ ਦੇ ਵਿੱਚ ਇਹਨਾਂ ਸਟਾਰ ਲੋਕਾਂ ਦਾ ਆਉਣਾ ਇਹ ਟ੍ਰੈਂਡ ਹੈ, ਇਹਦਾ ਤੁਸੀਂ ਜੇ ਬੈਕਗ੍ਰਾਊਂਡ ਦੇਖੋ, ਧਰਮਿੰਦਰ ਜੀ ਬੀਕਾਨੇਰ ਤੋਂ MP ਬਣੇ ਸੀ, ਉੱਥੇ ਲੋਕ 5 ਸਾਲ ਤਰ੍ਹਾਂ ਤਰ੍ਹਾਂ ਕਰਦੇ ਰਹੇ, ਪਾਰਲੀਮੈਂਟ 'ਚ ਘੱਟ ਗਏ, ਉਹ ਥੋੜ੍ਹਾ ਜਿਹਾ ਘੱਟ ਗਏ, ਕੋਈ ਨਾ ਕੋਈ ਕਾਰਨ ਕੁਛ ਨਹੀਂ ਦਿੱਤਾ ਜੀ, ਲੋਕਾਂ ਨੂੰ ਕੁਛ ਨਹੀਂ ਦਿੱਤਾ। ਉਸ ਤੋਂ ਬਾਅਦ ਮਥੁਰਾ ਤੋਂ ਹਿਮਾ ਮਾਲੀ ਜੀ MP ਬਣੇ, ਹੁਣ ਹਿਮਾ ਮਾਲੀ ਜੀ ਕਦੇ ਉਹ ਖੇਤ 'ਚ ਜਾ ਕੇ ਬੀਬੀ ਨਾਲ ਪਾਣੀ ਚੱਕ ਕੇ ਖੜ ਜਾਂਦੇ ਆ, ਕਦੇ ਨਲਕਾ ਗੇੜੀ ਜਾਂਦੇ ਆ ਵੀ ਖੇਤ ਨੂੰ ਪਾਣੀ ਲਾਉਣਾ, ਉਹ ਡਰਾਮੇਬਾਜ਼ੀਆਂ ਕਰਨੀਆਂ ਪੈਂਦੀਆਂ। ਚਲੋ, ਮੈਂ ਉਹਨੂੰ ਡਰਾਮੇਬਾਜ਼ੀ ਨਹੀਂ ਮੰਨਦਾ, ਅਸਲ 'ਚ ਕੀ ਹੈ, ਇਹ ਲੋਕ ਸਮ੍ਰਿਤੀ ਇਰਾਨੀ ਵੀ ਕੱਲ੍ਹ ਨਲਕਾ ਗੇੜ ਕੇ ਪਾਣੀ ਕੱਢ ਰਹੀ ਸੀ, ਅਸਲ 'ਚ ਮੈਂ ਕਹਿੰਦਾ ਸ਼ੁਕਰ ਹੈ ਇਹ ਲੋਕ ਚੋਣ ਪ੍ਰਚਾਰ ਦੇ ਦਿਨਾਂ 'ਚ ਜ਼ਮੀਨ 'ਤੇ ਆ ਜਾਂਦੇ ਨੇ, ਸ਼ੁਕਰ ਹੈ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਨਲਕਿਆਂ 'ਚੋਂ ਪਾਣੀ ਦਾ ਦਬਾਅ ਕਿੰਨਾ, ਪਾਣੀ ਭਰਨਾ ਕਿੱਡਾ ਔਖਾ ਹੈ। ਬੀਬੀ ਹੇਮਾ ਮਾਲੀ ਨੂੰ ਅਸਲੀਅਤ ਦੇ ਵਿੱਚ ਵੀ ਜ਼ਮੀਨ 'ਤੇ ਆ ਕੇ ਪਤਾ ਲੱਗ ਜਾਂਦਾ ਕਿਸਾਨਾਂ ਦੀਆਂ ਦਿੱਕਤਾਂ, ਮੈਂ ਕਹਿੰਦਾ ਉਹ ਚੰਗੀ ਗੱਲ ਹੈ। ਚਲੋ, ਦਰਅਸਲ ਮੈਂ ਫਿਰ ਆਪਣੀ ਪਹਿਲਾਂ ਵਾਲੀ ਗੱਲ ਨੂੰ ਰਿਪੀਟ ਕਰਦਾ ਹੈ, ਇਹ ਸਿਰਫ ਚੁਣਾਵੀ ਮੌਸਮ ਜਿਹੜੇ ਫਸਲੀ ਬਟੇਰੇ ਬਰਸਾਤੀ ਡੱਡੂ ਜਿਹਨੂੰ ਆਪਾਂ ਪੰਜਾਬੀ ਯੂਜ਼ ਕਰਦੇ ਹਾਂ, ਉਹ ਨੇ ਲੱਖ ਡਰਾਮੇਬਾਜ਼ੀ ਕਰਦੇ ਆ ਆ ਕੇ। ਜੇ ਜਿੱਥੇ ਰਹੀ BJP ਦੀ ਗੱਲ, ਅਸਲ ਵਲੰਟੀਅਰ ਜਿਹੜਾ BJP ਦਾ ਹੈ ਉਹਨੂੰ ਖੜਾਉਣ ਲਈ ਇਹਨਾਂ ਕੋਲ ਹਿੰਮਤ ਨਹੀਂ, BJP ਦਾ ਨੇਤਾ ਖੜਾਉਣ ਲਈ ਹਿੰਮਤ ਨਹੀਂ। ਦਿੱਲੀ ਤੋਂ ਮਨੋਜ ਤਿਵਾੜੀ ਜੀ ਨੂੰ ਲੜਾ ਰਹੇ ਨੇ ਫਿਲਮੀ ਸਟਾਰ ਪ੍ਰਧਾਨ ਬਣਾ ਲਿਆ ਕਿ ਚਲੋ ਇਲੈਕਸ਼ਨ ਇੱਕ ਸੀਟ 'ਤੇ ਹਰ ਕਰਨ, ਕੋਈ ਉਹਨਾਂ ਨੂੰ ਜ਼ਮੀਨ ਨਹੀਂ ਲੱਭ ਰਹੀ। ਗੌਤਮ ਗੰਭੀਰ ਜੀ ਨੂੰ ਲਿਆ, ਠੀਕ ਆ, ਉਹਨਾਂ ਨੇ ਸਾਡੇ ਦੇਸ਼ ਦੀ ਕ੍ਰਿਕਟ ਨੂੰ ਸਰਵ ਕੀਤਾ, ਬਹੁਤ ਅੱਛਾ ਪਲੇਅਰ ਹੈ,
ਇੱਕ ਸਟਾਰ ਫੇਸ ਲਿਆਂਦਾ ਹੰਸਰਾਜ ਹੰਸ ਜੀ ਨੂੰ ਲੈ, ਇਹਦਾ ਮਤਲਬ ਬੀਜੇਪੀ ਦੇ ਅਸਲੀ ਨੇਤਾਵਾਂ ਨੂੰ ਲੋਕਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ। ਹੁਣ ਇੱਥੇ ਸੰਨੀ ਦਿਓਲ ਜੀ ਨੂੰ ਲੈ, ਕੀ ਗੱਲ ਬੀਜੇਪੀ 'ਚ ਇੱਥੇ ਪੋਟੈਂਸ਼ੀਅਲ ਨਹੀਂ ਸੀ ਗੁਰਦਾਸਪੁਰ 'ਚ? ਗੁਰਦਾਸਪੁਰ ਦਾ ਬੇਸ ਹੈ ਬੀਜੇਪੀ ਦਾ, ਇੱਡੇ ਅੱਛੇ ਅੱਛੇ ਉੱਥੇ ਨੇਤਾ। ਇੱਕ ਗੱਲ ਹੋਰ ਵੀ ਹੈ, ਜਿਹੜੇ ਬੀਜੇਪੀ ਵਾਲੇ ਵਲੰਟੀਅਰ, ਬੀਜੇਪੀ ਵਾਲੇ ਵਲੰਟੀਅਰ ਨੇ ਨਾ, ਉਹ ਮੋਦੀ ਨੂੰ ਧੋਨੀ ਮੰਨਦੇ ਨੇ ਵੀ ਇਹਦਾ ਦਿਮਾਗ ਬਹੁਤ ਹੈ ਮੋਦੀ ਦਾ, ਵੀ ਇਹ ਜੋ ਖੇਡ ਰਚਾ ਰਿਹਾ ਇਹ ਕੰਮ ਕਰੂ। ਦੇਖੋ ਏਡਾ ਤਗੜਾ ਦਿਮਾਗ ਹੈ, 5 ਸਾਲ ਦੇਸ਼ 'ਚ ਸਰਕਾਰ ਚਲਾਈ, CBI ਨਾਲ CBI ਲੜਾਤੀ, ED ਨਾਲ ED ਲੜਾਤੀ, RBI ਦੇ 3 ਗਵਰਨਰ ਰਿਜ਼ਾਈਨ ਕਰ ਗਏ, ਸੁਪਰੀਮ ਕੋਰਟ 'ਚ ਭੜਥੂ ਪਵਾਤੇ, 4 ਸੁਪਰੀਮ ਕੋਰਟ ਦੇ ਜੱਜਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ, ਇਤਿਹਾਸ 'ਚ ਕਾਲਾ ਦਿਨ ਸੀਗਾ ਸਾਡੇ ਦੇਸ਼ ਦਾ। ਜਸਟਿਸ ਜਿਹੜੀ ਸੁਪਰੀਮ ਕੋਰਟ ਦੀ, ਇੱਕ ਪ੍ਰੈਸੀਡੈਂਟ ਸਾਰੇ ਦੇਸ਼ ਦਾ ਮਾਹੌਲ ਬਦਲ ਦਿੰਦੀ ਹੈ, ਅਤੇ ਉਹ ਹਮੇਸ਼ਾ ਕਾਰਗਰ ਉਹਨਾਂ ਨੇ ਕੰਮ ਕੀਤਾ ਹੈ। ਦੁੱਖ ਹੁੰਦਾ ਸੋਚ ਕੇ ਕਿ ਇਹੋ ਜਿਹੇ ਲੋਕ 31% ਵੋਟ ਇਹਨਾਂ ਨੂੰ ਪਈ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ। ਐਸੀ ਗਲਤ ਮਾਨਸਿਕਤਾ ਨਾਲ ਦੇਸ਼ ਨੂੰ ਚਲਾਉਣਾ, ਨਫ਼ਰਤ ਦੀ ਰਾਜਨੀਤੀ ਕਰਨੀ। ਮੋਦੀ ਜੀ ਜੇ ਸਮਾਰਟ ਹੋਣਗੇ, ਆਪਦੇ ਘਰੇ ਸਮਾਰਟ ਹੋਣ, ਪਰ ਜਿਹੜੀ ਦੇਸ਼ 'ਤੇ ਉਹਨਾਂ ਨੇ ਸਮਾਰਟਨੈਸ ਆਪਣੀ ਲਾਗੂ ਕੀਤੀ ਹੈ, ਸਾਡਾ ਭੱਠਾ ਗੋਲ ਕਰਕੇ ਰੱਖਤਾ। ਤੁਸੀਂ ਵਪਾਰੀ ਨੂੰ ਪੁੱਛੋ, ਤੁਸੀਂ ਆਮ ਬੰਦੇ ਨੂੰ ਪੁੱਛੋ ਕਿੱਥੇ ਗਏ। ਚਲੋ ਮੈਂ ਇੱਕ ਬੀਜੇਪੀ ਵਾਲਿਆਂ ਦਾ ਰੱਖ ਲੈਣਾ। ਹਾਂਜੀ, ਬੜਾ ਤਿੱਖਾ ਤਿੱਖਾ ਮੋਦੀ ਸਾਹਿਬ ਵਾਲੇ ਵੀ ਵਿਰੋਧੀ ਪਾਰਟੀਆਂ ਬੋਲਦੀਆਂ ਨੇ, ਪਰ ਮੋਦੀ ਸਾਹਿਬ ਕਹਿੰਦੇ ਮੈਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਮੈਂ ਕਿਹਾ ਜੀ, ਜਿਤਨਾ ਜ਼ਿਆਦਾ ਇਹ ਚਿੱਕੜ ਉਛਾਲਣਗੇ ਉਤਨਾ ਹੀ ਅੱਛਾ, ਉਤਨਾ ਹੀ ਬੜਾ ਕਮਲ ਖਿਲੇਗਾ। ਇਹਨਾਂ ਨੇ ਕਿਹਾ ਵੀ ਸਾਨੂੰ ਬੰਦੇ ਨਹੀਂ ਲੱਭਦੇ। ਮੈਂ ਕਈ ਵਾਰੀ ਚੱਕੜ ਜ਼ਿਆਦਾ ਹੁੰਦਾ ਅਤੇ ਕਮਲ ਵਿੱਚ ਡੁੱਬ ਵੀ, ਡੁੱਬਦਾ ਨਹੀਂ ਜੀ, ਡੁੱਬਦਾ ਨਹੀਂ ਜੀ, ਡੁੱਬਦਾ ਨਹੀਂ ਕਦੇ। ਚੱਕੜ ਕਿੰਨਾ ਮਰਜ਼ੀ ਦਲਦਲ ਵੀ ਹੋਵੇ, ਕਮਲ ਵਧੀਆ ਖਿਲਦਾ ਹੈ। ਇਹ ਕਹਿੰਦੇ ਸਾਨੂੰ ਕੈਂਡੀਡੇਟ ਨਹੀਂ ਮਿਲੇ। ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਜਦੋਂ ਰਾਜ ਸਭਾ ਦੀ ਚੋਣ ਸੀ 3 MP ਬੁਲਾਉਣੇ ਸੀ, ਇਹ 2G ਨੂੰ ਕਿਉਂ ਲੈ ਕੇ ਆਏ ਸੀ ਜੀ? ਉਹ 2G ਇਹਨਾਂ ਨੂੰ ਹੋਰ ਕੋਈ ਬੰਦਾ ਨਹੀਂ ਸੀ ਨਜ਼ਰ ਆਉਂਦਾ? ਕੁਮਾਰ ਵਿਸ਼ਵਾਸ ਦੱਥਣੀ ਪਿੱਟਦਾ ਰਿਹਾ, ਮੈਂ ਰਾਜ ਸਭਾ ਜਾਣਾ, ਉਹਨੂੰ ਇਹਨਾਂ ਨੇ ਧੱਸਰ ਦਿੱਤਾ, ਹੋਰ ਕੈਂਡੀਡੇਟਾਂ ਨੂੰ ਧੱਸਰ ਦਿੱਤਾ, ਆਤਿਸ਼ੀ ਮਰਲੇਨਾ ਜਾਣਾ ਚਾਹੁੰਦੀ ਸੀ ਤਾਂ ਚਲੋ ਹੋ ਗਿਆ ਸਾਡੇ ਮੈਂ ਚਲੋ ਸੰਨੀ ਦਿਓਲ ਵਾਲਾ ਇਸ਼ੂ ਹੈ ਨਾ ਜਿਹੜਾ ਮੇਰੀ, ਉਹ ਫੋਕਸ ਰਹਿਣਾ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਪਹਿਲਾਂ ਮੈਂ ਪ੍ਰਿਤਪਾਲ ਜੀ ਕੋਲ ਚਲੇ ਜਾਵਾਂ। ਹੁਣ ਅੱਜ ਕਾਗਜ਼ ਭਰਤੇ, ਪਹਿਲਾਂ ਕਹਿ ਰਹੇ ਸਨ ਸੁਨੀਲ ਜਾਖੜ ਸਾਹਿਬ ਕਿ ਸੰਨੀ ਦਿਓਲ ਨੂੰ ਆਉਣ ਦਿਓ ਫਿਰ ਦੇਖਾਂਗੇ, ਹੁਣ ਤਾਂ ਸੰਨੀ ਦਿਓਲ ਆ ਗਿਆ, ਕਾਗਜ਼ ਵੀ ਭਰਤੇ, ਹੁਣ ਕੀ ਦੇਖੋਗੇ? ਕਾਂਗਰਸ ਵਾਲੇ ਕੀ ਦੇਖਣਗੇ? ਹੁਣ ਦੇਖੋ ਜੀ, ਸੇਵਾ ਕੀਤੀ ਆਪਣੇ ਕੀ ਕਹਿੰਦੇ ਵਿਨੋਦ ਖੰਨਾ ਜੀ ਨੇ, 18 ਸਾਲ ਮੈਂਬਰ ਪਾਰਲੀਮੈਂਟ ਦੇ, 18 ਮਹੀਨੇ ਮੇਰੇ ਹਿਸਾਬ ਨਾਲ ਆਏ ਹੋਣਗੇ ਉੱਥੇ, ਪਰ ਉਹਨਾਂ ਦੇ 18 ਸਾਲਾਂ ਦਾ ਮੁੱਲ ਇਹਨਾਂ ਨੇ ਉਹਨਾਂ ਦੀ ਵਾਈਫ, ਉਹਨਾਂ ਦੇ ਬੱਚਿਆਂ ਦੀ ਟਿਕਟਾਂ ਕੱਟ ਕੇ ਦਿੱਤਾ, ਉਹਨਾਂ ਨੇ ਰੋਸ ਦਿਖਾਤਾ। ਸਲਾਰੀਏ ਵਿਚਾਰੇ ਨੂੰ ਪਿਛਲੀ ਵਾਰ ਦਿੱਤੀ, ਉਹਦੀ ਵੀ ਟਿਕਟ ਕੱਟਤੀ। ਹੁਣ ਆਪਣੇ MOS ਸੀਗੇ ਕੀ ਕਹਿੰਦੇ ਆ ਵਿਜੇ ਸਾਂਪਲਾ ਜੀ, ਇੰਨਾ ਵਧੀਆ ਕੰਮ ਉਹਨਾਂ ਨੇ ਕਹਿਤਾ, ਗਊ ਹੱਤਿਆ ਕਰ ਨਹੀਂ, ਉਹਨਾਂ ਨੇ ਦੁਬਾਰਾ ਚੌਂਕੀਦਾਰ ਲਾ ਲਿਆ ਨਾਲ, ਉਹਨਾਂ ਨੇ ਕੱਟਤਾ ਸੀ ਟਵਿੱਟਰ ਤੋਂ ਚੌਂਕੀਦਾਰ, ਮੈਂ ਦੇਖ ਰਿਹਾ ਸੀ ਇੱਕ ਦੇਸ਼ ਭਗਤ TV ਤੇ, ਉਹ ਲੱਗ ਗਿਆ ਚੌਂਕੀਦਾਰ। ਇਸ ਕਰਕੇ ਜਿਹੜਾ ਸੰਨੀ ਦਿਓਲ ਦਾ ਇਫੈਕਟ ਹੈ, ਚਲੋ ਠੀਕ ਹੈ ਫਿਲਮੀ ਸਟਾਰ ਦੇ ਤੌਰ ਤੇ ਲੋਕੀ ਦੇਖਣ ਆਉਣਗੇ, ਵਧੀਆ ਦੇਖਣਗੇ, ਪਰ ਹਰੇਕ ਵਾਰ ਫਿਲਮੀ ਸਟਾਰਿਆਂ ਨੂੰ ਨਹੀਂ ਮਿਲਦੀ। ਚਾਹੇ ਭਗਵੰਤ ਮਾਨ ਨੇ ਪਿਛਲੀ ਵਾਰ ਦਫਲੀਆਂ ਵਜਾ ਕੇ ਉਹ ਕਰ ਲਿਆ ਕਿ ਸਟਾਰ ਕਾਸਟ ਹੀ ਸਾਰੀ ਪ੍ਰਮੋਟ ਹੋਈ ਜਾਂਦੀ ਹੈ, ਬਟ ਜਿਹੜਾ ਅਸਲ ਵਰਕਰ ਹੈ, ਹਰੇਕ ਵਾਲੰਟੀਅਰ, ਹਰੇਕ ਜਿਹੜਾ ਪਾਰਟੀ ਦਾ ਵਰਕਰ ਹੈ, ਉਹਨੂੰ ਮਾਨ ਸਨਮਾਨ ਦੇਣਾ ਚਾਹੀਦਾ ਹੈ, ਚਾਹੇ ਉਹ ਕੋਈ ਵੀ ਪਾਰਟੀ ਹੋ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਉਹਨਾਂ 'ਚ ਵੀ ਮਾਨ ਸਨਮਾਨ ਦੇਣਾ ਚਾਹੀਦਾ ਕਿ ਐਵੇਂ ਰੰਗ ਮੰਚ ਨੂੰ ਜ਼ਿਆਦਾ ਅੱਗੇ ਪ੍ਰਮੋਟ ਨਹੀਂ ਕਰਨਾ ਚਾਹੀਦਾ। ਜੀ ਹਾਂਜੀ ਹਾਂਜੀ, ਭਗਵੰਤ ਮਾਨ ਜੀ ਦਾ ਮੇਰੇ ਸਤਿਕਾਰਯੋਗ ਪੈਨਲਿਸਟ ਬਲੀਅਲ ਸਾਹਿਬ ਨੇ ਨਾਮ ਲਿਆ, ਭਗਵੰਤ ਮਾਨ ਉਹ ਸ਼ਖਸੀਅਤ ਹੈ ਜਿਹਨੇ MP ਹੁੰਦੇ ਹੋਏ 100% ਆਪਣੇ ਕੰਮ ਦਾ ਬੈਕਅਪ ਲਿਆ। 25 ਕਰੋੜ ਦੀ ਗ੍ਰਾਂਟ 5 ਸਾਲਾਂ ਜਿਹੜੀ ਆਈ, ਉਹ ਤਾਂ ਖਰਚੀ ਇੰਨੀ ਓਨੈਸਟੀ ਨਾਲ ਕੰਮ ਕੀਤਾ, ਉਹਦਾ ਜਿਹੜਾ ਵਿਆਜ ਬਣਦਾ ਸੀ ਉਹ ਵੀ ਖਰਚ ਕੀਤਾ ਸੰਗਰੂਰ ਦੇ ਲੋਕ। ਇਸ ਗੱਲ ਦਾ ਭਗਵੰਤ ਮਾਨ ਪਾਰਲੀਮੈਂਟ 'ਚ ਬੋਲਿਆ, ਚੰਗਾ ਬੋਲਿਆ, ਕਈ ਵਾਰੀ ਉਹਨੇ ਹਿੰਦੀ 'ਚ ਕਵਿਤਾਵਾਂ ਵੀ ਸੁਣਾਈਆਂ ਨੇ, ਆਪਾਂ ਦੇਖੀਆਂ, ਬੜੀਆਂ ਚੰਗੀਆਂ ਵੀ ਲੱਗੀਆਂ, ਉਹਨੇ ਫੰਡ ਵੀ ਦਿੱਤੇ, ਚਲੋ ਕੰਮ ਵੀ ਕੀਤਾ, ਪਰ ਆਮ ਆਦਮੀ ਪਾਰਟੀ ਦੇ ਸੰਗਠਨ 'ਚ ਉਸ ਤਰੀਕੇ ਦਾ ਕੰਮ ਭਗਵੰਤ ਮਾਨ ਨਹੀਂ ਕਰ ਸਕਿਆ ਜੋ ਭਗਵੰਤ ਮਾਨ ਨੇ ਪਾਰਲੀਮੈਂਟ 'ਚ ਕੀਤਾ।
ਇਹ ਵੀ ਗੱਲ ਹੈ। ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਇਹ ਇਲਜ਼ਾਮ ਲਾਉਂਦੇ ਨੇ ਕਿ ਭਗਵੰਤ ਮਾਨ ਦੇ ਵਿੱਚ ਅਗਵਾਈ ਕਰਨ ਦੀ ਓਡੀ ਕਾਬਲੀਅਤ ਨਹੀਂ ਹੈਗੀ, ਜੇ ਕੀਤੀ ਹੁੰਦੀ ਤਾਂ ਅੱਜ ਆਮ ਆਦਮੀ ਪਾਰਟੀ ਕਹਿੰਦੇ ਨਾ ਖੜਦੀ। ਇਹ ਇਲਜ਼ਾਮ ਭਗਵੰਤ ਮਾਨ 'ਤੇ ਲੱਗਦੇ ਨੇ ਡੱਲਾ ਸਾਹਿਬ, ਜਾਂ ਸਿੱਧਾ ਕੇਜਰੀਵਾਲ ਹੀ ਦੋਸ਼ੀ ਹੈ ਭਗਵੰਤ ਮਾਨ ਨੂੰ ਬਰੀ ਕਰੀਏ? ਨਹੀਂ ਦੇਖੋ, ਇੱਦਾਂ ਦੀ ਕੋਈ ਗੱਲ ਨਹੀਂ, ਮਾਨ ਸਾਹਿਬ ਇਜ਼ ਅ ਵੈਰੀ ਕੈਪੇਬਲ ਲੀਡਰ, ਆਪਣੀ ਕੰਸਟੀਚੁਐਂਸੀ ਨੂੰ ਜਿੱਦਾਂ ਲੀਡ ਕਰਦਾ, ਮੈਂ ਤਾਰੀਫ ਕਰੂੰਗਾ ਜਿਵੇਂ ਉਹਨਾਂ ਨੇ ਪਾਰਲੀਮੈਂਟ 'ਚ ਕੰਮ ਕੀਤਾ ਨਾ। ਜੇ ਪਾਰਟੀ ਉਸੇ ਤਰੀਕੇ ਨਾਲ ਚਲਾਈ ਹੁੰਦੀ ਤੇ ਮੈਂ ਜ਼ਰੂਰ ਤਾਰੀਫ ਕਰਦਾ, ਪਾਰਟੀ ਚਲਾਉਣ 'ਚ ਉਹਨੀ ਗੱਲ ਨਹੀਂ ਪਈ। ਇਸ ਇਲੈਕਸ਼ਨ 'ਚ ਅਸੀਂ ਵਿਟਨੈਸ ਕਰਦੇ, ਮੈਂ ਵੀ ਡੇਲੀ ਗਰਾਊਂਡ 'ਤੇ ਕੰਮ ਕਰ ਰਿਹਾ, ਪੁਰਾਣਾ ਵਲੰਟੀਅਰ ਜਿਹੜਾ ਆਮ ਆਦਮੀ ਪਾਰਟੀ ਦਾ ਸੀ, ਠੀਕ ਹੈ ਗਲਤੀ, ਚਲੋ ਅਗਰ ਇੱਕ ਥਾਂ ਤੇ ਤੁਹਾਡਾ ਵਲੰਟੀਅਰ ਇਕੱਠਾ ਹੋ ਗਿਆ, ਬਾਕੀ ਪੰਜਾਬ ਦੀ ਕੋਈ ਗਰੰਟੀ ਨਹੀਂ। ਅਸੀਂ ਐਕਸੈਪਟ ਵੀ ਕਰਦੇ ਹਾਂ, ਅਸੀਂ ਬਾਕੀ ਪਾਰਟੀਆਂ ਨੂੰ ਇਹ ਨਹੀਂ ਕਹਿੰਦਾ ਕਿ ਜੋ ਹਾਈ ਕਮਾਂਡ ਨੇ ਕਹਿੰਦਾ ਜਾਇਜ਼ ਨਹੀਂ, ਗਲਤੀਆਂ ਹੋਈਆਂ ਹੋਣਗੀਆਂ, ਮੈਂ ਕਿਤੇ ਨਾ ਕਿਤੇ ਇਸ ਗੱਲ ਨੂੰ ਐਕਸੈਪਟ ਕਰਦਾ। ਪਰ ਹੁਣ ਜਿਵੇਂ ਵਲੰਟੀਅਰਸ ਨੂੰ 13 ਦੀ 13 ਸੀਟਾਂ ਦੇ ਟਿਕਟਾਂ ਮਿਲੀਆਂ ਨੇ, ਆਮ ਆਦਮੀ ਪਾਰਟੀ ਦਾ ਪੁਰਾਣਾ ਵਲੰਟੀਅਰ ਤੁਸੀਂ ਦੇਖੋਗੇ ਚੌਂਕਾਂ 'ਚ ਬੋਰਡ ਲੈ ਕੇ ਉਵੇਂ ਹੀ ਖੜਾ, ਉਵੇਂ ਹੀ ਪ੍ਰਚਾਰ ਹੋ ਰਿਹਾ। ਬਣੀ ਦੁੱਲੋ ਵਲੰਟੀਅਰ, ਇਹਨਾਂ ਦਾ ਬਹੁਤ ਦਿਨਾਂ ਤੋਂ ਕੰਮ ਕਰ ਰਿਹਾ ਸੀ ਜ਼ਮੀਨ ਤੇ। ਚਲੋ ਇਹ ਦੁੱਲੋ ਪਰਿਵਾਰ ਵਾਲੇ ਜਿਹੜੇ ਆ, ਇਹਦੇ ਤੇ ਵੀ ਟਿੱਪਣੀ ਦੇ ਦਿਓ ਤੇ ਫਿਰ ਬੀਬੀ ਹਰਬੰਸ ਕੌਰ ਦੁੱਲੋ ਤੋਂ ਟਿਕਟ, ਇਹਦੇ ਨਾਲ ਦਿੱਕਤ ਨਹੀਂ ਹੋਊਗੀ ਪਾਰਟੀ ਨੂੰ? ਸਵੇਰੇ ਕਈ ਵਾਰੀ ਵੋਟਰ ਬੜੀ ਦੁਚਿੱਤੀ 'ਚ ਹੋਊਗਾ ਵੀ ਆਮ ਆਦਮੀ ਪਾਰਟੀ ਵਾਲਾ ਮੈਦਾਨ 'ਚ ਹੈ ਜਾਂ ਨਹੀਂ ਹੈ। ਡੱਲਾ ਸਾਹਿਬ, ਇਹ ਤੇ ਮੈਂ ਆਪਾਂ ਪ੍ਰੀਵੀਅਸ ਡਿਸਕਸ਼ਨ ਜਿਹੜੀ ਹੋਈ ਸੀ ਆਪਾਂ ਉਹ 'ਚ ਵੀ ਗੱਲ ਕੀਤੀ ਸੀ, ਬਲਜਿੰਦਰ ਸਿੰਘ ਚੌਂਦਾ ਜੀ ਬਹੁਤ ਆਮ ਆਦਮੀ ਪਾਰਟੀ ਦੇ ਜ਼ਮੀਨ ਤੋਂ ਉੱਠੇ ਵਲੰਟੀਅਰ ਜਿਹਨੇ ਪੋਸਟਰ ਵੀ ਲਾਏ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ, ਕੁਛ ਉਹਨਾਂ ਦੇ ਪਰ ਵਾਪਸ ਕਿਉਂ ਮੋੜ ਲਈ? ਮੈਂ ਵੀ ਗੱਲ ਦੱਸ ਰਿਹਾ, ਨਿੱਜੀ ਕਾਰਨ ਹੋਏ ਉਹਨਾਂ ਨੂੰ ਲੱਗਿਆ ਕਿ ਮੇਰੇ ਤੋਂ ਬੈਟਰ ਉਹਨਾਂ ਨੇ ਗੱਲ ਕੀਤੀ। ਦੇਖੋ ਇਹ ਵੀ ਸਹਿਣਸ਼ੀਲਤਾ ਬਹੁਤ ਵੱਡੀ ਚੀਜ਼ ਹੈ ਅਕਾਲੀ ਕਾਂਗਰਸ ਨਹੀਂ। ਪਰ ਬੀਬੀ ਹਰਬੰਸ ਕੌਰ ਦੁੱਲੋ ਜਦੋਂ ਆਪਾਂ ਮੈਦਾਨ 'ਚ ਉਤਾਰਤੇ ਜੀ, ਫਿਰ ਸਵੇਰੇ ਪਤਾ ਲੱਗਦਾ ਕਿ ਕਾਗਜ਼ ਉਹਨਾਂ ਦੇ ਪੁੱਤਰ ਭਰਿਆ। ਡੱਲਾ ਸਾਹਿਬ, ਇਹ ਤੇ ਬੜਾ ਉਹਨਾਂ ਦਾ ਇੱਕ ਪਰਸਨਲ ਰੀਜ਼ਨ ਸੀ, ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ, ਠੀਕ ਹੈ ਜੀ, ਨਾ ਮੈਂ ਉਸ ਗੱਲ 'ਚ ਪੈਣਾ ਹੀ ਚਾਹੁੰਦਾ, ਪਰ ਹਾਂ ਉਹਨਾਂ ਨੂੰ ਲਿਆਂਦਾ ਤਾਂ ਗਿਆ ਸੀ। ਇਹਦਾ ਮਤਲਬ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਬਿਨਾਂ ਸੋਚ ਵਿਚਾਰੇ ਫੈਸਲਾ ਕਰਦੇ ਨੇ, ਜਦੋਂ ਨਾਮਜ਼ਦਗੀ ਭਰਨ ਦਾ ਦਿਨ ਆਉਂਦਾ ਨੇੜੇ ਆਉਂਦਾ ਤੇ ਉਹ ਪਰਸਨਲ ਰੀਜ਼ਨ ਹੈ ਜਿਹੜਾ ਹਾਵੀ ਹੋ ਜਾਂਦਾ। ਨਹੀਂ ਬਿਲਕੁਲ ਬਿਨਾਂ ਸੋਚੇ ਸਮਝੇ ਨਹੀਂ ਕਰਦੇ, ਸੋਚ ਕੇ ਹੀ ਕਰਦੇ ਨੇ, ਤਾਂ ਹੀ ਅੱਜ ਬਾਦਲ ਸਾਹਿਬ ਵੀ ਬੈਕਅਪ ਕੈਂਡੀਡੇਟ ਆ ਗਏ, ਤਾਂ ਹੀ ਇੱਥੇ ਸਨੀ ਦਿਓਲ ਜੀ ਆਏ ਨੇ, ਤਾਂ ਹੀ ਹੋਰ ਕੈਂਡੀਡੇਟ ਸਾਹਿਬਾਨ ਆ ਗਏ। ਚਲੋ ਮੈਂ ਟਿੱਪਣੀ ਨਹੀਂ ਕਰਦਾ, ਮੈਂ ਟਿੱਪਣੀ ਨਹੀਂ ਕਰਦਾ, ਪਰ ਉਹ ਇੱਕ ਆਵਾਜ਼ ਵੀ ਤੁਰੀ ਫਿਰਦੀ ਹੈ ਵਟਸਐਪਾਂ ਦੇ ਅੱਜ ਕੱਲ੍ਹ, ਉਹ ਇੱਕ ਆਵਾਜ਼ ਵੀ ਤੁਰੀ ਫਿਰਦੀ ਹੈ, ਉਹ 'ਚ ਗੱਲਬਾਤ ਫੋਨ 'ਤੇ ਹੁੰਦੀ ਹੈ। ਚਲੋ ਮੈਂ ਇਹੋ ਜਿਹੀਆਂ ਚੀਜ਼ਾਂ ਅਫੀਸ਼ੀਅਲ ਨਹੀਂ ਕਰਦਾ ਹੁੰਦਾ ਕਦੀ। ਇੱਥੇ ਗਏ ਜਿਹੜਾ ਦੁੱਲੋ ਸਾਹਿਬ ਦਾ ਪੁੱਤ ਹੈ ਉਹ ਹੁਣ ਮੈਦਾਨ 'ਚ ਆ ਗਿਆ, ਬਿਲਕੁਲ ਉਹਦੀ ਉਮੀਦਵਾਰੀ ਨੂੰ ਹੁਣ ਤੁਸੀਂ ਕਿਵੇਂ ਵੇਖਦੇ? ਮੈਨੂੰ ਤਾਂ ਸਰ ਤੁਹਾਡਾ ਤਾਂ ਲਿਪ ਵਾਲਾ ਵੀ ਉਮੀਦ, ਮੈਨੂੰ ਤਾਂ ਐਂ ਲੱਗਦਾ ਸਰ ਇਹ ਕਾਂਗਰਸ ਦੀ ਕਿਤੇ ਨਾ ਕਿਤੇ ਚਾਲ ਵੀ ਹੋ ਸਕਦੀ ਹੈ, ਸ਼ਾਇਦ ਉਮੀਦਵਾਰੀ ਲੈਣ ਤੋਂ ਬਾਅਦ ਕਿਤੇ ਉਹ ਵਾਪਸ ਕਾਂਗਰਸ ਦੇ ਹੱਕ 'ਚ ਬੈਠ ਹੀ ਨਾ ਜਾਏ, ਇਹ ਚਾਲ ਹੋ ਸਕਦੀ ਆ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਰਾਜ ਸਭਾ ਦੇ ਮੈਂਬਰ ਨੇ ਕਾਂਗਰਸ ਕਰਨੀ ਹੋ, ਤੇ ਇਹਨਾਂ ਕੋਲ ਉਮੀਦਵਾਰ ਲੱਭ ਨਹੀਂ ਰਿਹਾ ਸੀ, ਇਹ ਮਿੰਤਾ ਤਰਲੇ ਕਰਨ ਲੱਗੇ ਹੋਏ ਸੀ ਕਿ ਕੋਈ ਉਮੀਦ, ਕਿਉਂਕਿ ਇਹਨਾਂ ਦੇ ਜਿਹੜੇ ਵਲੰਟੀਅਰ ਸੀ ਉਹ ਬੈਕ ਸਟੈਪ ਕਰ ਗਏ ਕਿ ਮੈਂ ਨਹੀਂ ਇਲੈਕਸ਼ਨ ਲੜ ਸਕਦਾ, ਜਿਹਦੇ ਕਰਕੇ ਇਹਨਾਂ ਨੂੰ ਭਾਜੜਾ ਪੈ ਰਹੀਆਂ ਸੀ ਕਿ ਆਪਾਂ ਕਿਹੜਾ ਉਮੀਦਵਾਰ ਖੜਾ ਕਰੀਏ ਜੇ ਆਪਾਂ ਖਾਲੀ ਛੱਡਦੇ ਹਾਂ ਮੈਦਾਨ ਤੇ ਅਸੀਂ ਵੈਸੇ ਹੀ ਹਾਰ ਜਾਂਗੇ, ਜਿਹਦੇ ਕਰਕੇ ਮੈਨੂੰ ਲੱਗਦਾ ਕਾਂਗਰਸ ਨੇ ਇੱਕ ਚਾਲ ਖੇਡੀ ਆ, ਉਹਨਾਂ ਨੇ ਇਹਨਾਂ ਨੂੰ ਭੇਜਿਆ ਦੁੱਲੋ ਪਰਿਵਾਰ ਨੂੰ। ਮੈਨੂੰ ਪਰਸਨਲੀ ਲੱਗਦਾ ਕਿ ਸ਼ਾਇਦ ਉਹਨਾਂ ਨੇ ਕੁਛ ਦੇਰ ਬਾਅਦ ਕਾਂਗਰਸ ਦੇ ਹੱਕ 'ਚ ਬੈਠ ਜਾਣਾ ਜੀ। ਚਲੋ ਛੋਟਾ ਜਿਹਾ ਜਵਾਬ ਦੇ ਦਿਓ ਜੀ, ਇਹੋ ਜਿਹੀ ਕੋਈ ਸਥਿਤੀ ਤਾਂ ਨਹੀਂ ਆਉਂਦੀ ਜਿੱਦਾਂ ਦਾ ਇਲਜ਼ਾਮ ਤੁਹਾਡੇ ਪੁਰਾਣੇ ਸਾਥੀ ਲਾ ਰਹੇ? ਡੱਲਾ ਸਾਹਿਬ, ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੋਊਗਾ। ਦੇਖੋ ਹਰ ਬੰਦੇ ਦੀ ਇੱਕ ਪਰਸਨਲ ਵਿਲ ਹੁੰਦੀ ਹੈ, ਪਰ ਐਡੀ ਵੱਡੀ ਜ਼ਿੰਮੇਵਾਰੀ ਲੈ ਕੇ ਕੋਈ ਬੰਦਾ ਬੈਕਅਪ ਨਹੀਂ ਪਿੱਛੇ ਨਹੀਂ ਬੈਕ ਸਟੈਪ ਨਹੀਂ ਕਰਦਾ ਹੁੰਦਾ। ਹਾਂ, ਉਹਨਾਂ ਦੀ ਪੋਲੀਟਿਕਸ ਦੀ ਇੱਕ ਪੋਲੀਟੀਕਲ ਪਰਿਵਾਰ ਤੋਂ ਬਿਲੋਂਗ ਕਰਦੇ ਨੇ, ਕਾਂਗਰਸ ਦੇ ਹੀ ਚਾਹੇ ਦੁੱਲੋ ਸਾਹਿਬ ਐਮ ਪੀ ਨੇ, ਪਰ ਉਹਨਾਂ ਦਾ ਬੇਟਾ ਇੱਕ ਅਲੱਗ ਜੇ ਰਾਜ ਸਭਾ 'ਚ ਨਹੀਂ, ਹਾਂਜੀ, ਜੇ ਕੰਮ ਕਰਨਾ ਚਾਹੁੰਦਾ ਹੈ ਇੱਕ ਅਲੱਗ ਪੋਲੀਟੀਕਲ ਪਲੈਟਫਾਰਮ। ਤੁਸੀਂ ਇਹ ਚਾਹੋਗੇ ਕਿ ਦੁੱਲੋ ਸਾਹਿਬ ਵੀ ਅਸਤੀਫਾ ਦੇ ਕੇ ਤੁਹਾਡੀ ਪਾਰਟੀ 'ਚ ਆ ਜਾਣ, ਜਾਂ ਉਹ ਕਾਂਗਰਸ 'ਚ ਰਾਜ ਸਭਾ 'ਚ ਕਰਦੇ ਰਹਿਣ ਕੰਮ? ਦੇਖੋ, ਕਿਸੇ ਨੂੰ ਦੱਬ ਕੇ ਮੈਨੂਪਲੇਟ ਕਰਕੇ ਆਪਾਂ ਸਿਆਸਤ ਨਹੀਂ ਕਰਾ ਸਕਦੇ, ਇਹ ਤਾਂ ਕਾਂਗਰਸ ਦਾ ਕੰਮ ਹੈ। ਐਮ ਐਲ ਏ ਖਰੀਦ ਰਹੇ ਨੇ, ਇਹ ਅੱਜ ਨਹੀਂ ਇਤਿਹਾਸ ਹੈ ਕਾਂਗਰਸ ਦਾ, ਐਮ ਐਲ ਏ ਖਰੀਦਣ ਵਾਲਾ ਇਤਿਹਾਸ ਹੈ ਕਾਂਗਰਸ ਦਾ। ਇਹਨਾਂ ਦੇ ਛੋਟੇ ਪੁਰ ਸਾਹਿਬ ਨੇ ਪੁੱਛਿਆ ਮਾਨ ਸਾਹਿਬ ਨੂੰ ਕਿ ਮੈਨੂੰ ਕਿੰਨੇ ਪੈਸੇ ਦਿੱਤੇ ਸੀ, ਉਹ ਵੀ ਦੱਸ ਦਿਓ ਮਾੜਾ ਜੇ, ਉੱਥੇ ਹੀ ਲੈਵਲ ਪਤਾ ਲੱਗ
ਕਰਦਾ ਜਾਂਦਾ ਕਿ 10 ਕਰੋੜ ਸਾਨੂੰ ਕੀ ਲੋੜ ਹੈ, 70 ਐਮਐਲਏ ਬੈਠੇ ਆ ਤਾਂ ਲਾਈਨ ਲਾ ਕੇ ਖੜੇ ਨੇ ਕਿ ਸਾਨੂੰ ਲੈ ਲਓ, ਅਸੀਂ ਬਾਈ ਇਲੈਕਸ਼ਨ ਦਾ ਖਰਚਾ ਲੋਕਾਂ ਦੇ ਪਾਉਣਾ ਨਹੀਂ ਚਾਹੁੰਦੇ, ਤਾਂ ਲਾਈਨ ਲਾ ਕੇ ਸਾਰੀ ਆਮ ਆਦਮੀ ਪਾਰਟੀ ਮਾਨਸੇ ਬਾਈ ਇਲੈਕਸ਼ਨ ਮਾਨਸੇ ਕਿੱਥੇ ਬਾਈ ਇਲੈਕਸ਼ਨ ਕਰਾਉਂਗੇ, ਉਹ ਹੋਣੀ ਆ ਉੱਥੇ ਕੀ ਕਰੀਏ ਹੁਣ, ਕੀ ਕਰੀਏ ਹੁਣ, ਅੱਛਾ ਹੁਣ ਉੱਥੇ ਥੋੜੀ ਬੇਵਕੂਫੀ ਆ। ਹੁਣ ਅੱਜ ਲਾਲ ਸਿੰਘ ਉਹਨਾਂ ਦਾ ਬਿਆਨ ਆਇਆ ਕਿ ਪੁਨਰ ਵਿਚਾਰ ਕਰਨ ਸ਼ਮਸ਼ੇਰ ਸਿੰਘ ਦੂਲੋਂ, ਵੀ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਆਪ 'ਚ ਚਲਿਆ ਗਿਆ, ਵੀ ਜਾਂ ਉਹ ਅਸਤੀਫਾ ਦੇਣ ਰਾਜ ਸਭਾ ਤੋਂ। ਦੇਖੋ ਅਨੁਸ਼ਾਸਨ ਕਮੇਟੀ ਦੇ ਕੰਪੇਨ ਕਮੇਟੀ ਦੇ ਚੇਅਰਮੈਨ ਨੇ ਲਾਲ ਸਿੰਘ ਜੀ, ਉਹਨਾਂ ਨੇ ਉਸ ਅਕੋਰਡਿੰਗਲੀ ਕਿਹਾ ਕਿ ਜਿਹੜਾ ਪਰਿਵਾਰ ਦੀ ਗੱਲ ਹੈਗੀ ਆ, ਪਰਿਵਾਰ ਪਰਿਵਾਰ ਦੇ ਅਕੋਰਡਿੰਗ ਚੱਲੇ, ਇੱਕ ਪਾਸੇ ਹੋ ਕੇ ਚੱਲੇ, ਜਿਵੇਂ ਇਲਜ਼ਾਮ ਲੈ ਜਾਂਦੇ ਕਿ ਇਕੱਠੇ ਹੋ ਗਏ ਇਹ ਹੋ ਗਿਆ, ਉਹ ਚੀਜ਼ ਲੋਕਾਂ 'ਚ ਮੈਸੇਜ ਨਾ ਜਾਵੇ ਜਿਹਨਾਂ ਪਾਰਟੀ ਦਾ ਨੁਕਸਾਨ ਹੋਵੇ। ਅਗਰ ਉਹ ਪਾਰਟੀ ਦੇ ਸੱਚੇ ਕਾਰਜਕਰਤਾ ਤਾਂ ਜਿਹੜੇ ਅਮਰ ਸਿੰਘ ਨੇ ਉਹਨਾਂ ਦੀ ਰੱਜ ਕੇ ਓਪਨਲੀ ਸਪੋਰਟ 'ਤੇ ਆ ਜਾਣ, ਇਹ ਕੋਈ ਮਾੜੀ ਗੱਲ ਨਹੀਂ ਹੈਗੀ ਉਹਨਾਂ ਨੂੰ। ਚਲੋ ਇੱਕ ਪਾਸੇ ਬੱਚਾ ਬੇਟਾ ਉਹਨਾਂ ਦਾ ਮੈਦਾਨ 'ਚ ਹੈ, ਅਤੇ ਇੱਕ ਪਾਸੇ ਤੁਸੀਂ ਚਾਹੁੰਦੇ ਹੋ ਕਿ ਸ਼ਮਸ਼ੇਰ ਸਿੰਘ ਦੂਲੋਂ ਅਮਰ ਸਿੰਘ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਨ। ਹਾਂ ਕਰਨਗੇ ਉਹ। ਚਲੋ ਬੜੀ ਧਰਮ ਯੁੱਧ ਵਾਲੀ ਸਥਿਤੀ ਹੈ। ਸ਼ਮਸ਼ੇਰ ਸਿੰਘ ਦੂਲੋਂ ਪਰਿਵਾਰ 'ਤੇ ਮੈਂ ਕਹੂੰਗਾ ਬੜਾ ਸਿਆਸੀ ਧਰਮ ਸੰਕਟ ਇਸ ਵਕਤ ਖੜਾ। ਸ਼ਮਸ਼ੇਰ ਸਿੰਘ ਦੂਲੋਂ ਪ੍ਰਧਾਨ ਵੀ ਰਹੇ ਨੇ ਪੰਜਾਬ ਦੇ ਕਾਂਗਰਸ ਕਮੇਟੀ ਦੇ, ਪਾਰਲੀਮੈਂਟ 'ਚ ਵੀ ਇੱਕ ਵਾਰੀ ਮੈਂ ਉਹਨਾਂ ਨੂੰ ਬੋਲਦੇ ਸੁਣਿਆ ਸੀ, ਚੰਗਾ ਬੋਲੇ ਪਾਰਲੀਮੈਂਟ ਦੇ ਵਿੱਚ, ਪਰ ਧਰਮ ਸੰਕਟ ਉਹਨਾਂ 'ਤੇ ਇਹ ਬਣ ਗਿਆ ਕਿ ਕੀ ਹੁਣ ਉਹ ਆਪਣੀ ਪਤਨੀ ਅਤੇ ਪੁੱਤ ਨਾਲ ਜਾਣਗੇ ਜਾਂ ਕਾਂਗਰਸ ਦੇ ਹੱਕ 'ਚ ਜਾਣਗੇ। ਹਲਕਾ ਇੱਕੋ ਹੀ ਹੈ, ਹਲਕਾ ਇੱਕੋ ਹੀ ਹੈ। ਸੋ ਦੂਲੋ ਸਾਹਿਬ ਕਾਂਗਰਸ ਦੇ ਨੇ ਅਤੇ ਉਹਨਾਂ ਦਾ ਪੁੱਤ ਅਤੇ ਉਹਨਾਂ ਦੀ ਪਤਨੀ ਉਹ ਚਲੇ ਗਏ ਆਮ ਆਦਮੀ ਪਾਰਟੀ, ਸੋ ਪੁੱਤ ਉਮੀਦਵਾਰ ਵੀ ਬਣ ਗਿਆ। ਸੋ ਪੁੱਤ ਜਿਸ ਹਲਕੇ ਤੋਂ ਐਮ ਪੀ ਦੀ ਇਲੈਕਸ਼ਨ ਲੜ ਰਿਹਾ, ਬਾਪੂ ਹਲਕੇ ਤੋਂ ਰਾਜ ਸਭਾ ਦਾ ਮੈਂਬਰ ਹੈ, ਪਰ ਉਹ ਵਿਰੋਧੀ ਦਾ ਪ੍ਰਚਾਰ ਕਰੂਗਾ ਜਾਂ ਆਪਣੇ ਪੁੱਤ ਦਾ ਪ੍ਰਚਾਰ ਕਰੂਗਾ, 3-4 ਦਿਨਾਂ 'ਚ ਵੀ ਪਤਾ ਲੱਗ ਜਾਏਗਾ। ਸਥਿਤੀਆਂ ਬਹੁਤੀ ਜ਼ਿਆਦਾ ਦੇਰ ਲੁਕਵੀਆਂ ਨਹੀਂ ਰਹਿੰਦੀਆਂ। ਹਾਂਜੀ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਜੇ ਸ਼ਮਸ਼ੇਰ ਸਿੰਘ ਦੂਲੋਂ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰ ਲੈਣ? ਡੱਲਾ ਸਾਹਿਬ ਦੇਖੋ, ਅਗੇਨ ਦੂਲੋ ਸਾਹਿਬ ਬਹੁਤ ਵੱਡੇ ਸਿਆਸਤਦਾਨ ਨੇ ਪੰਜਾਬ ਦੇ, ਬਹੁਤ ਪੁਰਾਣਾ ਪਰਿਵਾਰ ਹੈ ਸਿਆਸਤ ਦੇ ਵਿੱਚ, ਉਹ ਵੀ ਜਿਹੜੀ ਦੇਸ਼ ਦੀ ਵਨ ਆਫ ਦੀ ਲਾਰਜੈਸਟ ਪੋਲੀਟੀਕਲ ਪਾਰਟੀ ਕਾਂਗਰਸ ਦੇ, ਜਿਹੜੀ ਕਿ ਥੋੜ੍ਹੀ ਦੇਰ ਤੁਹਾਨੂੰ ਸੁੰਗੜ ਦੀ ਵੀ ਨਜ਼ਰ ਆਊਗੀ। ਇਹ ਦੂਲੋ ਸਾਹਿਬ ਦਾ ਆਪਣਾ ਪਰਸਨਲ ਵਿਲ ਹੈ, ਉਹ ਬੇਟੇ ਲਈ ਜਾਣਾ ਚਾਹਣਗੇ ਜਾਂ ਆਪਣੀ ਪਾਰਟੀ ਦਾ ਧਰਮ ਨਿਭਾਉਣਗੇ, ਇਹ ਉਹਨਾਂ ਬਾਰੇ ਮੈਂ ਨਾ ਉਹਨਾਂ ਨੂੰ ਦੱਸ ਸਕਦਾ ਨਾ ਸਿਖਾ ਸਕਦਾ, ਮੈਂ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ। ਤੁਹਾਡੀ ਟਿੱਪਣੀ ਜੀ, ਫਤਿਹਗੜ੍ਹ ਸਾਹਿਬ ਦੀ ਸੀਟ 'ਤੇ ਦੇ ਦਿਓ ਤੁਸੀਂ ਡੀ ਐਸ ਗੁਰੂ ਬਾਦਲ ਸਾਹਿਬ ਦੇ, ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਮੁੱਖ ਸਕੱਤਰ ਸੀ, ਉਹਨਾਂ ਨੂੰ ਮੈਦਾਨ 'ਚ ਉਤਾਰਿਆ। ਹੁਣ ਜਦੋਂ ਕਾਂਗਰਸ 'ਚ ਦੂਲੋ ਸਾਹਿਬ ਵੱਖਰੇ ਪਾਸੇ ਨੇ, ਦੂਲੋ ਦਾ ਪਰਿਵਾਰ ਵੱਖਰੇ ਪਾਸੇ ਆ, ਆਮ ਆਦਮੀ ਪਾਰਟੀ 'ਚ ਜਿਹੋ ਜਿਹੀ ਉੱਥੇ ਸਥਿਤੀਆਂ ਬਣ ਗਈਆਂ, ਆਪ ਵਾਲਾ ਪਿਛਲੀ ਵਾਰੀ ਵੀ ਜ਼ਿਆਦਾ ਉੱਥੇ ਸਰਗਰਮ ਨਹੀਂ ਰਿਹਾ, ਹੁਣ ਤਾਂ ਚਲੋ ਭਾਜਪਾ 'ਚ ਚਲੇ ਗਏ ਨੇ, ਹੁਣ ਕੀ ਕਰੋਗੇ? ਦੇਖੋ ਜੀ, ਦਰਬਾਰਾ ਸਿੰਘ ਗੁਰੂ ਜੀ ਲੋਕਾਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ, ਮੁਕਾਬਲਾ ਦਰਬਾਰਾ ਸਿੰਘ ਗੁਰੂ ਦਾ ਕਾਂਗਰਸ ਨਾਲ ਜਾਂ ਆਪ ਵਾਲੇ ਵੀ, ਇਹ ਵੀ ਮੁਕਾਬਲੇ 'ਚ ਦਰਬਾਰਾ ਸਿੰਘ ਗੁਰੂ ਜੀ ਦਾ ਕਿਸੇ ਨਾਲ ਵੀ ਮੁਕਾਬਲਾ ਨਹੀਂ, ਕੱਲੇ ਹੀ ਆਪਣੇ ਦਰਬਾਰਾ ਸਿੰਘ ਗੁਰੂ ਜੀ ਆਲਰੇਡੀ ਲੱਖਾਂ ਦੇ ਮਾਰਜਨ ਦੇ ਨਾਲ ਉੱਥੋਂ ਜਿੱਤਣ ਜਾ ਰਹੇ ਨੇ, ਇਹਨਾਂ ਦੀ ਆਪਦੀ ਸਿਰਫ ਟਵਲ ਨਹੀਂ, ਇਹਨਾਂ ਨੂੰ ਸੁੱਟ ਦੇਣਾ ਔਰ ਦਰਬਾਰਾ ਸਿੰਘ ਗੁਰੂ ਜੀ ਨੇ ਰੇਸ ਜਿੱਤਣੀ ਹੈ ਔਰ ਲੱਖਾਂ ਦੇ ਮਾਰਜਨਾਂ ਤੋਂ ਮੈਂਬਰ ਪਾਰਲੀਮੈਂਟ ਬਣਨਾ ਹੈ। ਪਿਛਲੀ ਵਾਰੀ ਜਿਹੜੀ ਲੋਕਾਂ ਨੇ ਗਲਤੀ ਕੀਤੀ ਸੀਗੀ ਉਹ ਐਤਕੀ ਨਹੀਂ ਕਰਨੀ। ਸਾਬਕਾ ਕੈਬਨਿਟ ਮਿਨਿਸਟਰ ਦਾ ਪਰਿਵਾਰ ਕੱਲ ਪਰਸੋਂ ਦੇ ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਰਹੇ, ਉਦੋਂ ਪਤਾ ਲੱਗ ਜੂਗਾ ਦਰਬਾਰ। ਚਲੋ, ਜਦੋਂ ਸ਼ਾਮਿਲ ਹੋਇਆ ਤੇ ਜ਼ਰੂਰ ਆਪਾਂ ਉਹਦਾ ਜ਼ਿਕਰ ਕਰਾਂਗੇ, ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਉੱਥੋਂ ਦੇ ਲੋਕਾਂ ਨੇ ਜੇ ਪਿਛਲੀ ਵਾਰੀ ਗਲਤੀ ਕੀਤੀ ਜਿਵੇਂ ਬੀਜੇਪੀ ਵਾਲੇ, ਬਿਲਕੁਲ ਜੀ, ਘੱਟੋ ਘੱਟ ਐਤਕੀ ਗਲਤੀ ਨਾ ਕਰਨੀ, ਐਤਕੀ ਬੜੇ ਸੋਚ ਸਮਝ ਕੇ ਆਪਣੀ ਵੋਟ ਪਾਉਣ, ਕਿਸੇ ਨੂੰ ਵੀ ਪਾ ਦਿਓ, ਜਿਹੜੇ ਵੀ ਤੁਹਾਡੇ ਰਿਸ਼ਤੇਦਾਰ ਨੇ ਉੱਥੇ ਫਤਿਹਗੜ੍ਹ ਸਾਹਿਬ, ਉਹਨਾਂ ਨੂੰ ਵੀ ਕਹੋ ਕਿਸੇ ਨੂੰ ਵੀ ਪਾ ਦਿਓ, ਪਰ ਗਲਤੀ ਨਾ ਕਰੀਓ। ਆਖਰੀ ਕਲੋਜ਼ਿੰਗ ਕਮੈਂਟ, ਮੈਂ ਸਰ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਪੰਜਾਬ ਨੂੰ ਜਿਹੜੇ ਸਾਡੇ ਪੀਡੀਏ ਦੇ ਉਮੀਦਵਾਰ ਨੇ ਮਨਵਿੰਦਰ ਸਿੰਘ ਗਿਆਸਪੁਰਾ, ਜਿਵੇਂ ਉਹਨਾਂ ਨੇ 84 ਦੀ ਲੜਾਈ ਲੜੀ, ਆਪਣੀ ਸਾਰਾ ਕਾਰੋਬਾਰ ਨੌਕਰੀ ਵਗੈਰਾ ਛੱਡ ਕੇ, ਉੱਥੋਂ ਦੇ ਬੱਚੇ ਨੂੰ ਪਤਾ ਕਿ ਉਹਨਾਂ ਦੀ ਕੁਰਬਾਨੀ ਦਾ, ਐਤਕੀ ਜਿਹੜੇ ਲੋਕ ਨੇ ਬਹੁਤ ਜਾਗਰੂਕ ਨੇ, ਉਹ ਐਤਕੀ ਉਮੀਦਵਾਰ ਦੇ ਕਿਰਦਾਰ ਨੂੰ ਦੇ ਕੇ ਵੋਟ ਪਾਉਣਗੇ, ਮਨਵਿੰਦਰ ਸਿੰਘ ਗਿਆਸਪੁਰਾ ਦਾ ਬਹੁਤ ਉੱਥੇ ਸਮਰਥਨ ਮਿਲ ਰਿਹਾ। ਆਪ ਜਿਵੇਂ ਜੋ ਤਜਰਬਾ ਆਪ ਨਾਲ ਰਿਹਾ, ਉਹਨਾਂ ਨੂੰ ਇਹ ਤਾਂ ਨਹੀਂ ਰਹੂਗਾ ਕਿਉਂਕਿ ਆਹ ਲਿਪ ਵਾਲੇ ਵੀ ਪਹਿਲਾਂ ਆਪ 'ਚ ਹੀ ਸੀ,
ਉਹਨਾਂ ਨੂੰ ਇਦਾਂ ਨਹੀਂ ਲੱਗੂਗਾ ਵੀ ਉਹੀ ਨੇ, ਥੋੜਾ ਜਿਹਾ ਟਾਈਟਲ ਬਦਲ ਗਿਆ। ਦੇਖੋ ਦੇਖੋ ਸਰ, ਜਿਹੜਾ ਵੀ ਬੰਦਾ ਬਾਗੀ ਹੁੰਦਾ ਨਾ, ਉਹ ਕਿਸੇ ਸੋਚ ਨਾਲ ਹੁੰਦਾ ਜਿਹੜੀਆਂ ਆਪਣੇ ਗਲਤੀਆਂ ਕੀਤੀਆਂ। ਸਹਿਮਤ ਹੈ ਉਸ ਸੋਚ ਨਾਲ? ਬਿਲਕੁਲ ਬਿਲਕੁਲ ਸਰ ਸਹਿਮਤ ਹੈ। ਲੋਕਾਂ ਨੂੰ ਸਮਝ ਆ ਗਿਆ ਕਿ ਇਹ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਣਿਆ ਪੰਜਾਬ ਦੇ ਹਿੱਤਾਂ ਲਈ ਬਣਿਆ, ਕਿਉਂਕਿ ਇਹ ਟੋਟਲੀ ਜਿੰਨੇ ਵੀ ਸਾਡੇ ਉਮੀਦਵਾਰ ਨੇ ਸਰ, ਉਹਨਾਂ ਦੀ ਤੁਸੀਂ ਸਪੀਚ ਸੁਣੋ, ਵਿਚਾਰ ਦੇਖੋ, ਟੋਟਲੀ ਪੰਜਾਬ ਦੇ ਹਿੱਤਾਂ ਲਈ ਲੜਦੇ ਪਏ ਆ। ਤੇ ਇੱਕ ਵਾਰੀ ਫਿਰ ਸੁਣੋ, ਹਾਂ, ਵਕਤ ਦੀ ਥੋੜੀ ਜਿਹੀ ਕਮੀ ਆ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਬਲੀਵਾਲ ਸਾਹਿਬ, ਪਰਮਵੀਰ ਜੀ, ਕੌਸ਼ਿਕ ਸਾਹਿਬ ਔਰ ਕੋਮਲ ਗਰਨੂਰ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਹਰ ਰੋਜ਼ ਨਵੇਂ ਨਵੇਂ ਸਿਆਸੀ ਸਮੀਕਰਨ ਪੰਜਾਬ 'ਚ ਬਣ ਰਹੇ ਨੇ, ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬਿਲਕੁਲ ਜੋ ਤਾਜ਼ਾ ਜਿਹੜੀਆਂ ਜਿਹੜੇ ਘਟਨਾਕ੍ਰਮ ਨੇ ਉਹਨਾਂ ਦੇ ਉੱਤੇ ਕੁਝ ਨਾ ਕੁਝ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਤਾਂ ਕਿ ਇੱਕ ਮੋਟੇ ਤੌਰ ਦੇ ਉੱਤੇ ਜਿਹੜੀ ਸੱਚਾਈ ਹੈ ਜਾਂ ਮਤ ਹੈ ਜਿਹੜਾ ਪੋਲੀਟੀਕਲ ਪਾਰਟੀਆਂ ਦਾ, ਉਹ ਨਿਕਲ ਕੇ ਬਾਹਰ ਆਵੇ, ਤਾਂ ਕਿ ਅਸੀਂ ਸਾਰੇ ਵਾਕਫ ਹੋ ਸਕੀਏ। ਤੁਹਾਨੂੰ ਸਭ ਨੂੰ ਵੀ ਅਗਰ ਕਿਸੇ ਗੱਲ ਤੋਂ ਤੁਸੀਂ ਅਸਹਿਮਤ ਹੋ ਤਾਂ ਜ਼ਰੂਰ ਮੇਰੇ ਨਾਲ ਸੰਪਰਕ ਕਰੋ, ਤੁਹਾਨੂੰ ਵੀ ਖੁੱਲ੍ਹਾ ਸੱਦਾ, ਤੁਸੀਂ ਵੀ ਆਪਣਾ ਵਿਚਾਰ ਇਸ ਸ਼ੋਅ ਦੇ ਵਿੱਚ ਰੱਖ ਸਕਦੇ ਹੋ। ਬਹੁਤ ਧੰਨਵਾਦ।